ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਸਾਡੇ ਨਾਲ ਜੁੜ ਚੁੱਕੇ ਨੇ ਸਰਦਾਰ ਗੁਰਨਾਮ ਸਿੰਘ ਜੀ। ਅਕੀਦਾ ਅਕੀਦਾ ਸਾਹਿਬ ਵੈਲਕਮ, ਸਵਾਗਤ, ਸਤਿ ਸ੍ਰੀ ਅਕਾਲ। पश्चिमी बंगाल भाजपा वाले पश्चिमी बंगाल ही रात सवेरे देशा विदेशा चाहन वाले आम सॉरी जेडे भगत ने उन्होंने बंगाल बंगाल ही दिखाई दे रहा होना उन्ते ਪਾਵਾਂ ਕਿ ਬਾਕੀ ਸੂਬਿਆਂ ਦੇ ਵਿੱਚ ਵੀ ਚੋਣਾਂ ਹੋਈਆਂ ਨੇ ਪਰ ਪੱਛਮੀ ਬੰਗਾਲ ਦੀ ਜ਼ਿਆਦਾ ਚਰਚਾ ਹੈ। ਨਹੀਂ ਕੇਰਲਾ ਸਭ ਜਗ੍ਹਾ ਦੀ ਹੈ ਦਿਲਬਾਗ ਜੀ, ਨਹੀਂ ਉਹਨਾਂ ਦੀ ਘੱਟ ਆ ਕਿਉਂਕਿ ਉਹ ਪੱਛਮੀ ਬੰਗਾਲ ਦੇ ਵਿੱਚ ਸਿਰ ਧੜ ਦੀ ਬਾਜੀ ਲੱਗੀ ਸੀ। ਇੰਟਰਸਟ ਤੇ ਰੁਚੀ ਤੇ ਉੱਥੇ ਬਹੁਤ ਸੀ ਦਿਲਬਾਗ, ਉਹੀ ਗੱਲ ਕਹਿ ਰਿਹਾ ਕਿਉਂਕਿ ਉੱਥੇ ਮੀਡੀਆ ਨੇ ਕਿੰਨਾ ਪ੍ਰਚਾਰ ਤਾਂ ਉਸੇ ਤਾਂ ਹੀ ਕੀਤਾ। ਵਿਚੈਵਰ ਟੀਵੀ ਯੂ ਵਾਚ, ਜਿਸ ਦੇਸ਼ ਦਾ ਪ੍ਰਧਾਨ ਮੰਤਰੀ ਜੁੱਲੀ ਬਿਸਤਰਾ ਚੁੱਕ ਕੇ ਉਹ ਰਿਹਾ ਹੀ ਹੋਵੇ ਬੰਗਾਲ ਦੇ ਵਿੱਚ ਸਿਰ ਧੜ ਦੀ ਬਾਜੀ ਲਾਈ, ਚਰਚਾ ਤੇ ਉਹਦੀ ਹੋਣੀ ਹੈ। ਬਾਕੀ ਸੂਬਿਆਂ ਦੇ ਵਿੱਚ ਹੋਈਆਂ, ਪੰਜਾਂ 'ਚ ਹੋਈਆਂ ਨਾ ਜੀ, ਤੇ ਬਾਕੀ ਭਾਰਤ ਤੋਂ ਬਾਹਰ ਅਖਬਾਰਾਂ ਨੂੰ ਕਿਉਂ ਪੱਛਮੀ ਬੰਗਾਲ ਦੇ ਵਿੱਚ ਰੁਚੀ ਹੈ? ਪੁਆਇੰਟ ਇਜ਼ ਦਿਸ, ਸਹੀ ਗੱਲ ਦਿਲਬਾਗ ਜੀ, ਦੁਨੀਆ ਭਰ ਦੀਆਂ ਅਖਬਾਰਾਂ ਨੇ ਪ੍ਰੋਮੋਟ ਕਰਿਆ, ਦੁਨੀਆ ਭਰ ਦੀਆਂ ਅਖਬਾਰਾਂ ਨੇ ਪੱਛਮੀ ਬੰਗਾਲ ਨੂੰ ਹੀ ਕਿਉਂ ਲਿਆ, ਕੇਰਲਾ ਨੂੰ ਕਿਉਂ ਨਹੀਂ ਲਿਆ, ਅਸਾਮ ਨੂੰ ਕਿਉਂ ਨਹੀਂ ਲਿਆ, ਜਾਂ ਬਾਕੀ ਸੂਬੇ ਜਿਹੜੇ ਨੇ ਉੱਥੇ ਵੀ ਭਾਜਪਾ ਨੇ ਚੰਗੀ ਇੱਕ ਥੋਂ ਥਾਵਾਂ 'ਤੇ ਕਾਰਜਕਾਰੀ ਕੀਤੀ ਹੈ, ਉਹਨਾਂ ਨੂੰ ਕਿਉਂ ਨਹੀਂ ਲਿਆ? ਵਾਏ ਪੱਛਮੀ ਬੰਗਾਲ। ਅਕੀਦਾ ਸਾਹਿਬ, ममता बैनर्जी ने रिटर्निंग अफसर का एक SMS दिखाया, कहते पता लगा कि जिस विच रिटर्निंग अफसर नू खतरा दस्या है, ये नवी खबर आई है, की कहना चाहोगे? SMS वेखो हुण, SMS जिहड़ा वा वो इदा ते आ नहीं सकदा, SMS एक प्रूफ हुंदा, सबूत मन्निया जांदा। ਪੱਛਮੀ ਬੰਗਾਲ ਦੀ ਜਿਹੜੀ ਗੱਲ ਆ ਨਾ, ਇਸ ਕਰਕੇ ਚਰਚਾ ਜ਼ਿਆਦਾ ਹੋਈ ਹੈ ਚਾਵਲਾ ਸਾਹਿਬ, ਕਿ ਇੱਕ ਪ੍ਰਧਾਨ ਮੰਤਰੀ ਵੱਲੋਂ ਚੋਣਾਂ ਦੇ ਵਿੱਚ 22 ਰੈਲੀਆਂ ਕੀਤੀਆਂ, ਇਸ ਪੱਛਮੀ ਬੰਗਾਲ ਦੇ ਵਿੱਚ 22 ਰੈਲੀਆਂ ਕੀਤੀਆਂ, ਤੇ 22 ਰੈਲੀਆਂ ਦੇ ਵਿੱਚ ਉਹਨੇ ਇਲੈਕਸ਼ਨ ਕਮਿਸ਼ਨ ਦੇ ਆਦਰਸ਼ ਚੋਣ ਜ਼ਾਬਤੇ ਦੀ ਮਿੱਥ ਕੇ ਉਲੰਘਣਾ ਵੀ ਕੀਤੀ, ਉਹਦੇ ਖਿਲਾਫ਼ ਸ਼ਿਕਾਇਤਾਂ ਵੀ ਹੋਈਆਂ, ਸ਼ਿਕਾਇਤਾਂ ਦੇ ਕੋਈ ਇਲੈਕਸ਼ਨ ਕਮਿਸ਼ਨ ਵੱਲੋਂ ਕਾਰਵਾਈ ਵੀ ਕੀਤੀ ਗਈ। ਦੂਜੇ ਪਾਸੇ ਮਮਤਾ ਬੈਨਰਜੀ ਨੂੰ ਬੈਨ ਵੀ ਕੀਤਾ ਗਿਆ ਤੇ ਪ੍ਰਚਾਰ ਨੂੰ, ਤੇ ਉਹਨੇ ਧਰਨਾ ਵੀ ਲਾਇਆ ਫਿਰ ਇਲੈਕਸ਼ਨ ਕਮਿਸ਼ਨ ਦੇ ਖਿਲਾਫ, ਤੇ ਕਾਫੀ ਚਰਚਾ ਵਿੱਚ ਰਹੀ ਪੱਛਮੀ ਬੰਗਾਲ ਦੀ ਚੋਣ। ਤੇ ਇੱਕ ਪਹਿਲਾਂ ਨਾ ਚਾਵਲਾ ਸਾਹਿਬ, ਆਪਾਂ ਤੁਸੀਂ ਤਾਂ ਖੈਰ ਜਾਣਦੇ ਹੋ, ਜਰਨਲਿਸਟ ਪੁਰਾਣੇ ਹੈਗੇ ਹੋ ਤੁਸੀਂ, ਤੇ ਆਪਣੇ ਸਮਿਆਂ ਦੇ ਵਿੱਚ ਇੱਦਾਂ ਹੁੰਦਾ ਸੀ, ਜੇਕਰ ਨਾ ਕਿਸੇ ਸਟੇਟ ਦੇ ਵਿੱਚ ਚੋਣ ਹੁੰਦੀ ਸੀ ਕਿਸੇ ਸਟੇਟ ਦੀ, ਤਾਂ ਪ੍ਰਧਾਨ ਮੰਤਰੀ ਨੂੰ ਜੇਕਰ ਉਹ ਸਟੇਟ ਦੇ ਵਿੱਚ ਕੋਈ ਰੈਲੀ ਕਰਨ ਵਾਸਤੇ ਲੈ ਕੇ ਆਉਣਾ ਹੁੰਦਾ ਸੀ ਨਾ, ਤਾਂ ਇੱਕ ਚੋਣ ਜ਼ਾਬਤਾ ਦੇ ਤਹਿਤ ਹੀ ਰੈਲੀ ਹੁੰਦੀ ਸੀ ਉਹ। ਜੇਕਰ ਉਸ ਪ੍ਰਧਾਨ ਮੰਤਰੀ ਨੇ ਉਸ ਪਾਰਟੀ ਦੇ ਪੱਖ ਵਿੱਚ ਬੋਲਿਆ ਕਿ ਵੋਟਾਂ ਪਾਓ ਇਹਨੂੰ, ਤਾਂ ਟੋਟਲੀ ਖਰਚਾ ਉਸ ਪਾਰਟੀ ਦੇ ਖਰਚੇ ਨੂੰ ਜਾਂਦਾ ਸੀਗਾ। ਜੇਕਰ ਪ੍ਰਧਾਨ ਮੰਤਰੀ ਵੈਸੇ ਬੋਲ ਰਿਹਾ ਕਿ ਸਿੰਪਲ ਦੇਸ਼ ਦੇ ਪ੍ਰਤੀ, ਤਾਂ ਖਰਚਾ ਸਾਰਾ ਸਰਕਾਰ ਨੂੰ ਲੈਣਾ ਪੈਂਦਾ ਸੀਗਾ। ਹੁਣ ਪ੍ਰਧਾਨ ਮੰਤਰੀ ਜੀ ਨੇ ਉੱਥੇ 22 ਰੈਲੀਆਂ ਕੀਤੀਆਂ, 22 ਰੈਲੀਆਂ ਤੇ ਲੱਖਾਂ ਕਰੋੜਾਂ ਰੁਪਇਆ ਖਰਚ ਆਇਆ, ਉਹ ਸਾਰਾ ਖਰਚਾ ਹੀ ਕੀ BJP ਦੇ ਖਾਤੇ 'ਚ ਪਿਆ? ਇਹ ਸਵਾਲ ਆ ਬੜਾ ਵੱਡਾ, ਕਿਉਂਕਿ ਇਹ ਅਸਲ ਆਦਰਸ਼ ਚੋਣ ਜ਼ਾਬਤਾ ਇਹ ਨਹੀਂ ਕਹਿੰਦਾ ਹੈ ਕਿ ਜੇਕਰ ਪ੍ਰਧਾਨ ਮੰਤਰੀ ਜਾ ਕੇ ਕਿਸੇ ਵਿਸ਼ੇਸ਼ ਪਾਰਟੀ ਦਾ ਐਲਾਨੀਆ ਪ੍ਰਚਾਰ ਕਰਦਾ ਹੈ ਤੇ ਸਾਰਾ ਹੀ ਖਰਚਾ ਉਹ ਉਸ ਪਾਰਟੀ ਨੂੰ ਦੇਣਾ ਪਏਗਾ, ਇਹ 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 ਚੋਣ ਜ਼ਾਬਤੇ ਦੇ ਵਿੱਚ ਆਉਂਦਾ ਹੈਗਾ, ਇਹ ਬੜੀ ਵੱਡੀ ਚਰਚਾ ਦੀ ਗੱਲ ਆ। ਹੁਣ ਜਦੋਂ ਮਮਤਾ ਬੈਨਰਜੀ ਨੇ ਕਿਹਾ ਕਿ ਪੱਛਮੀ ਬੰਗਾਲ ਦੇ ਨੰਦੀਗ੍ਰਾਮ ਇਲਾਕੇ ਵਿੱਚ ਜਿਹੜੇ ਹਾਰੀ ਆ ਦੁਬਾਰਾ ਉਹਦੀ ਗਿਣਤੀ ਹੋਣੀ ਚਾਹੀਦੀ ਆ, ਇਹ ਡਿਮਾਂਡ ਕੀਤੀ ਆ। ਰਿਟਰਨਿੰਗ ਅਫਸਰ ਨੇ ਮੈਸੇਜ ਭੇਜਿਆ ਮਮਤਾ ਬੈਨਰਜੀ ਨੂੰ, ਕਿਹਾ ਵੀ ਮੈਨੂੰ ਇਹ ਵਾਰ ਵਾਰ ਧਮਕੀਆਂ ਆ ਰਹੀਆਂ ਨੇ ਕਿ ਜੇਕਰ ਮੈਂ ਦੁਬਾਰਾ ਚੋਣ ਕਰਾਉਣ ਦੀ ਜਾਂਚ ਦਿੱਤੀ ਤਾਂ ਮੈਨੂੰ ਖਤਰਾ ਹੈ, ਮੈਨੂੰ ਮਾਰਨ ਦੀਆਂ ਧਮਕੀਆਂ ਆ ਰਹੀਆਂ ਨੇ। ਇਹ ਬੜਾ ਵੱਡਾ ਸਵਾਲ ਹੈ। ਮਮਤਾ ਬੈਨਰਜੀ ਨੇ ਆਪਣੇ ਮੋਬਾਇਲ ਦੇ ਵਿੱਚ ਪੱਤਰਕਾਰਾਂ ਨੂੰ ਦਿਖਾਇਆ ਹੈ ਕਿ ਵੱਡਾ ਖਤਰਾ ਦੱਸਿਆ ਰਿਟਰਨਿੰਗ ਅਫਸਰ ਨੇ, ਇਹਦਾ ਮਤਲਬ ਪਿੱਛੇ ਕੁਛ ਹੈਗਾ, ਇਹਦਾ ਮਤਲਬ ਜਿਹੜੀ ਇਹ ਨੰਦੀਗ੍ਰਾਮ ਨੂੰ ਵਿਸ਼ੇਸ਼ ਲਿਆ ਗਿਆ ਭਾਜਪਾ ਵੱਲੋਂ, ਇਹਦਾ ਮਤਲਬ ਚੋਣ ਕਮਿਸ਼ਨ ਦਾ ਇੱਥੇ ਜੂਸ ਨਿਕਲਿਆ, ਚੋਣ ਕਮਿਸ਼ਨ ਦਾ ਕੰਮ ਠੀਕ ਨਹੀਂ ਹੈਗਾ। ਸੋ ਇਹ ਸਾਰੇ ਪੱਖਾਂ ਨੂੰ ਦੇਖਦੇ ਹੋਏ ਤੇ ਇੰਝ ਲੱਗਦਾ ਕਿ ਨੰਦੀਗ੍ਰਾਮ ਉੱਤੇ ਪੂਰਾ ਜ਼ੋਰ ਸੀਗਾ ਭਾਜਪਾ ਦਾ, ਨੰਦੀਗ੍ਰਾਮ ਨੂੰ ਹਰਾਉਣ ਵਾਸਤੇ ਪੂਰਾ ਜ਼ੋਰ ਲਾਇਆ, ਫਿਰ ਲਾਉਣਾ ਵੀ ਚਾਹੀਦਾ ਖੈਰ, ਪਰ ਦੂਜੇ ਪਾਸੇ ਜਿਹੜੀਆਂ ਸੀਟਾਂ ਸੀਗੀਆਂ ਉੱਥੇ ਭਾਜਪਾ ਕਮਜ਼ੋਰ ਰਹੀ, 22 ਦੇ ਕਰੀਬ ਰੈਲੀਆਂ ਕਰਨ ਤੋਂ ਬਾਅਦ, ਤੇ ਜਿੰਨੇ ਮੁੱਖ ਮੰਤਰੀ ਹੈਗੇ ਆ 16-17 ਭਾਜਪਾ ਪ੍ਰਦੇਸ਼ ਜਿਹੜੇ ਕਿ ਭਾਜਪਾ ਸਮਰਥਨ ਦੇ ਵਿੱਚ ਬਣੇ ਰਾਜ ਨੇ, ਉਹਨਾਂ ਦੇ ਮੁੱਖ ਮੰਤਰੀ ਉੱਥੇ, ਤੇ
ਗ੍ਰਹਿ ਮੰਤਰੀ ਤੋਂ ਲੈ ਕੇ ਸਾਰੇ ਹੀ ਜਿਹੜੇ ਮੈਂਬਰ ਪਾਰਲੀਮੈਂਟ ਐਮ ਐਲ ਏ ਕਈ ਥਾਂ ਥਾਂ ਤੇ ਹਰ ਇੱਕ ਵੋਟਰ ਉੱਤੇ ਬੰਦਾ ਲੱਗਿਆ ਹੋਇਆ ਸੀ ਬੀਜੇਪੀ ਦਾ ਹਰ ਵੋਟਰ ਤੇ ਹਰ ਵੋਟਰ ਤੇ ਬੰਦਾ ਲੱਗਿਆ ਇੰਨੀ ਜ਼ਿਆਦਾ ਇਲੈਕਸ਼ਨ ਕੰਪੇਨ ਦੇ ਵਿੱਚ ਵੀ ਬੀਜੇਪੀ ਦਾ ਹਾਰ ਜਾਣਾ ਇਹ ਸਪਸ਼ਟ ਕਰਦਾ ਹੈ ਕਿ ਭਾਰਤ ਦੇ ਲੋਕ ਬੀਜੇਪੀ ਨੂੰ ਨਕਾਰ ਗਏ ਨੇ ਸਿਰ ਧੜ ਦੀ ਬਾਜੀ ਲੱਗੀ ਸੀ ਸਿੱਧੇ ਲਫਜ਼ਾਂ ਦੀ ਤੁਸੀਂ ਗੱਲ ਕੀਤੀ ਹੈ ਕਿ ਜੇ ਇਹ ਪਰੰਪਰਾ ਪਾ ਦਿੱਤੀ ਗਈ ਹੈ ਪਰੰਪਰਾ ਸ਼ੁਰੂ ਕਰ ਦਿੱਤੀ ਗਈ ਹੈ ਚਾਹੇ ਆਉਣ ਵਾਲਾ ਭਾਰਤ ਦਾ ਕੋਈ ਵੀ ਹੋਰ ਪ੍ਰਧਾਨ ਮੰਤਰੀ ਇਸ ਤਰੀਕੇ ਨਾਲ ਜਿਵੇਂ ਤੁਸੀਂ ਦੱਸਿਆ ਕਿ ਇੱਕ ਰੈਲੀ ਕਰਦੇ ਸਨ ਪਹਿਲਾਂ ਤੇ ਜੇ ਉਹ ਪਾਰਟੀ ਦੇ ਹਿੱਤ ਵਿੱਚ ਬੋਲਦੇ ਸਨ ਤੇ ਉਹ ਸਾਰਾ ਖਰਚਾ ਉਸ ਰੈਲੀ ਦਾ ਜਿਹੜਾ ਸੀਗਾ ਉਹ ਪਾਰਟੀ ਦੇ ਸਿਰ ਤੇ ਪੈਂਦਾ ਸੀ ਨਾ ਕਿ ਭਾਰਤ ਦੀ ਜਿਹੜੀ ਹੈ ਟੈਕਸ ਪੇਅਰ ਜਨਤਾ ਜਿਹੜੀ ਹੈ ਉਹਦੇ ਖਾਤੇ ਦੇ ਵਿੱਚ ਪੈਂਦਾ ਸੀਗਾ ਕਿਉਂਕਿ ਪੈਸਾ ਸਰਕਾਰ ਦਾ ਨਹੀਂ ਹੁੰਦਾ ਉਹ ਟੈਕਸ ਪੇਅਰ ਜਨਤਾ ਦਾ ਹੁੰਦਾ ਜਿਸ ਜਿਸ ਦੀ ਵੀ ਜਨਤਾ ਹੈ ਉਹ ਉਹਦਾ ਗੱਲਾ ਹੈ ਉਹਦੇ ਗੱਲੇ ਦੇ ਵਿੱਚ ਉਹ ਬਿੱਲ ਨਹੀਂ ਜਾਣਗੇ ਜੇ ਉਹ ਪਾਰਟੀ ਪ੍ਰਤੀ ਉੱਥੇ ਆ ਕੇ ਕੁਝ ਵੀ ਸ਼ਬਦ ਬੋਲਦਾ 22 ਰੈਲੀਆਂ ਦੇ ਵਿੱਚ ਭਾਰਤੀ ਪ੍ਰਧਾਨ ਮੰਤਰੀ ਜਨਾਬ ਨਰਿੰਦਰ ਮੋਦੀ ਸਾਹਿਬ ਦੀ ਇਹ ਇੱਕ ਸਿਰ ਧਰਦੀ ਬਾਜੀ ਉਹਨਾਂ ਦਾ ਜਿਵੇਂ ਦੱਸਿਆ ਕਿ 17 ਮੁੱਖ ਮੰਤਰੀ ਸੂਬਿਆਂ ਦੇ ਪੂਰਾ ਲਾਮ ਲਕਸ਼ਰ ਜਿਹੜਾ ਸੀ ਉੱਥੇ ਠੋਕਿਆ ਸੀ ਦਿਨ ਰਾਤ 24 ਘੰਟੇ ਨੰਦੀਗ੍ਰਾਮ ਵਾਲੀ ਸੀਟ ਭਾਵਾਂ ਕਿ ਪਹਿਲਾਂ ਡਿਕਲੇਅਰ ਕੀਤਾ ਗਿਆ ਸੀਗਾ ਕਿ 1200 ਤੇ ਸੀਟਾਂ ਦੇ ਉੱਤੇ ਜਿਹੜਾ ਸੀ ਉਹ ਜਿੱਤ ਗਈ ਸੀਗੀ ਆਪਣੀ ਮਮਤਾ ਬੈਨਰਜੀ ਪਰ ਬਿਹਾਰ ਦੇ ਵਿੱਚ ਵੀ ਇਸੇ ਤਰ੍ਹਾਂ ਹੋਇਆ ਸੀ ਕਈਆਂ ਨੂੰ ਤਾਂ ਸਰਟੀਫਿਕੇਟ ਵੀ ਦੇ ਦਿੱਤੇ ਗਏ ਸੀ ਜਿੱਤ ਦੇ ਅਤੇ ਬਾਅਦ ਦੇ ਵਿੱਚ ਉਹਨਾਂ ਨੂੰ ਵਾਪਸ ਸੱਦ ਕੇ ਸਰਟੀਫਿਕੇਟ ਜਿਹੜੇ ਸੀਗੇ ਉਹ ਵਾਪਸ ਲੈ ਲਏ ਗਏ ਵੀ ਤੁਸੀਂ ਤਾਂ ਹਾਰ ਗਏ ਤੁਸੀਂ ਜਿੱਤੇ ਥੋੜ੍ਹੀ ਹੋ ਇਸੇ ਤਰ੍ਹਾਂ ਜਿਵੇਂ ਤੁਸੀਂ ਜੇ ਐਸ ਦੀ ਗੱਲ ਕਰ ਰਹੇ ਹੋ ਕਿ ਉਹਦੀ ਟ੍ਰੇਨਿੰਗ ਜਿਹੜਾ ਰਿਟਰਨਿੰਗ ਅਫਸਰ ਉਹਨੂੰ ਖਤਰਾ ਹੈ ਤਾਂ ਫਿਰ ਦੇਖ ਲਓ ਕਿ ਕੀ ਭਾਅ ਬੀਤਦੀ ਹੋਵੇਗੀ ਉੱਥੇ ਸੈਕਿੰਡ ਤੁਸੀਂ ਚੋਣ ਕਮਿਸ਼ਨਰ ਦੀ ਗੱਲ ਕੀਤੀ ਹੈ ਕਿ ਚੋਣ ਕਮਿਸ਼ਨਰ ਦੀ ਚਰਚਾ ਦੇ ਵਿੱਚ ਰਹੀ ਹੈ ਉਹਨਾਂ ਨੇ ਜਿਹੜੀਆਂ ਧੱਜੀਆਂ ਉਡਾਈਆਂ ਨੇ ਕਾਨੂੰਨ ਦੀਆਂ ਹਾਂਜੀ ਜਾਂ ਨਿਜ਼ਮਾਂ ਦੀਆਂ ਉੱਤੇ ਕੋਈ ਐਕਸ਼ਨ ਨਹੀਂ ਲਿਆ ਗਿਆ ਕੌਣ ਐਕਸ਼ਨ ਲਊਗਾ ਜੀ ਅੱਜ ਉਹ ਚੋਣ ਕਮਿਸ਼ਨ ਇੱਥੋਂ ਰਿਟਾਇਰ ਹੁੰਦਾ ਅਤੇ ਸੂਬੇ ਦਾ ਜਿਹੜਾ ਹੈ ਉਹ ਗਵਰਨਰ ਬਣ ਜਾਂਦਾ ਹੈ ਉਹਨੂੰ ਗਵਰਨਰ ਹੀ ਚਾਹੀਦੀ ਹੈ ਜਾਂ ਉਹਨੂੰ ਕਿਸੇ ਪਾਰਟੀ ਜਿਹੜੀ ਰਾਜ ਕਰ ਰਹੀ ਹੈ ਉਹਦੇ ਮੈਂਬਰ ਪਾਰਲੀਮੈਂਟ ਜਾਂ ਐਮ ਪੀ ਪੀ ਜਾਂ ਐਮ ਪੀ ਜਿਹੜੇ ਨੇ ਉਹਨਾਂ ਨੂੰ ਕਟਹਿਰੇ ਵਿੱਚ ਖੜ ਕਰਕੇ ਅਤੇ ਚੋਣ ਕਮਿਸ਼ਨ ਦੀਆਂ ਜਿਹੜੀਆਂ ਨੇ ਉਹ ਹਦਾਇਤਾਂ ਲਾਗੂ ਕਰਨੀਆਂ ਨੇ ਹਦਾਇਤਾਂ ਜਾਣ ਢੱਠੇ ਖੂਹ 'ਚ ਉਹਨੂੰ ਤਾਂ ਆਉਣ ਵਾਲੇ ਸਮੇਂ ਦਾ ਜਿਹੜਾ ਅਗਲਾ ਭਵਿੱਖ ਆ ਉਹ ਦਿਖਾਈ ਦੇ ਰਿਹਾ ਇਹ ਵੀ ਤਾਂ ਇੱਕ ਧੱਜੀਆਂ ਉੱਡੀ ਰਹੀਆਂ ਇਹਨੂੰ ਸਿੱਧੇ ਲਫ਼ਜ਼ਾਂ 'ਚ ਕੀ ਕਹੋਗੇ ਅੰਨਾ ਵੰਡੇ ਰਿਉੜੀਆਂ ਮੁੜ ਮੁੜ ਆਪਣਿਆਂ ਨੂੰ ਦੇਵੇ ਜੇ ਅੱਜ ਚੋਣ ਕਮਿਸ਼ਨਰ ਜਿਹੜਾ ਉਹ ਕੁਛ ਵੀ ਜਿਹੜਾ ਹੈ ਉਹ ਰਿਟਾਇਰ ਹੁੰਦਾ ਹੈ ਹਾਂਜੀ ਇੱਧਰ ਜੱਜ ਰਿਟਾਇਰ ਹੁੰਦਾ ਹੈ ਅਤੇ ਉਹਨੂੰ ਚੱਕ ਕੇ ਰਾਜ ਸਭਾ ਦੀ ਮੈਂਬਰਸ਼ਿਪ ਮਿਲ ਜਾਂਦੀ ਉਸੇ ਵੇਲੇ ਇਹ ਜਿਹੜੇ ਨੇ ਨਾ ਇਹ ਕਾਨੂੰਨ ਚੇਂਜ ਹੋਣੇ ਚਾਹੀਦੇ ਨੇ ਵੀ ਬੰਦਾ ਐਟ ਲਿਸਟ ਜਿਹੜਾ ਵਾ ਉੱਚੇ ਅਹੁਦੇ ਤੋਂ ਰਿਟਾਇਰ ਹੋ ਰਿਹਾ ਇਹੋ ਜਿਹੇ ਆਫਿਸਰ ਜਿਹੜੇ ਰਿਟਾਇਰ ਹੋ ਰਹੇ ਜਿਹਨਾਂ ਦੇ ਹੱਥਾਂ ਦੇ ਵਿੱਚ ਦੇਸ਼ ਦੀ ਲੋਕਤੰਤਰ ਦੀ ਵਾਗਡੋਰ ਹੈ ਉਹ ਕੋਈ ਵੀ ਮੁੜ ਕੇ ਅਹੁਦਾ ਨਹੀਂ ਲੈ ਸਕਣਗੇ ਇਸ ਤਰ੍ਹਾਂ ਦੀ ਕੁਝ ਚੇਂਜਿੰਗ ਹੋਣੀ ਚਾਹੀਦੀ ਹੈ ਪਰ ਇੱਥੇ ਤੁਸੀਂ ਦੇਖਿਆ ਹੀ ਹੈ ਕਿ ਚੋਣ ਕਮਿਸ਼ਨ ਅਜੇ ਆਪਣੀ ਜੌਬ ਤੋਂ ਹਟਿਆ ਨਹੀਂ ਤੇ ਗਵਰਨਰ ਲਾ ਤਾ ਸੂਬੇ ਦਾ ਹੁਣ ਉਹ ਗਵਰਨਰ ਰੋਟੀਆਂ ਨਾ ਪਕਾਊਗਾ ਉੱਥੇ ਹਾਂਜੀ ਉਹਨੂੰ ਹੁਣ ਉਹਨੇ ਮਤਲਬ ਜਿਹੜੀ ਵੀ ਸਰਕਾਰ ਇਸ ਵਕਤ ਸੱਤਾ ਦੇ ਵਿੱਚ ਉਹਦੇ ਨਾਲ ਆਡਾ ਲਾ ਕੇ ਲੈਣਾ ਜਿਵੇਂ ਹੁਣ ਤੁਸੀਂ ਦੱਸ ਰਹੇ ਹੋ ਕਿ ਐਸ ਐਮ ਐਸ ਦਿਖਾਇਆ ਉਹਨੇ ਰਿਟਰਨਿੰਗ ਅਫਸਰ ਨੂੰ ਕਿ ਖਤਰਾ ਹੈ ਖਤਰਾ ਕਾਹਦਾ ਹੈ ਵੋਇਸ ਆਫ ਸਿਟੀ 1320 AM 905-813-1320-9058-813-1313-2 ਕਿਸਾਨ ਆਪਣੀ ਬਾਜੀ ਮਾਰਨਾ ਚਾਹੁੰਦੇ ਨੇ ਉੱਥੇ ਕਹਿੰਦੇ ਨੇ ਕਿ ਕਿਸਾਨਾਂ ਦੇ ਵਿਰੋਧ ਕਾਰਨ ਹਾਰੀ ਹੈ ਭਾਜਪਾ ਸੰਯੁਕਤ ਕਿਸਾਨ ਮੋਰਚਾ ਪਰ ਕਾਮਰੇਡਾਂ ਨੇ ਭੂਮਿਕਾ ਉੱਥੇ ਕੁਝ ਹੋਰ ਹੀ ਨਿਭਾਈ ਨਹੀਂ ਅਸਲ ਵਿੱਚ ਇਹ ਨਾ ਟੀ ਐਮ ਸੀ ਦਾ ਆਗੂ ਵੀ ਹੈਗਾ ਉੱਥੇ ਪੱਛਮੀ ਬੰਗਾਲ ਦੇ ਵਿੱਚ ਉਹਨੇ ਵੀ ਇਹ ਗੱਲ ਖੈਰ ਦੱਸੀ ਆ ਜ਼ਿਕਰ ਕੀਤਾ ਕਿ ਪੱਛਮੀ ਬੰਗਾਲ ਦੇ ਵਿੱਚ ਕਿਸਾਨਾਂ ਨੇ ਆ ਕੇ ਜਦੋਂ ਇਹ ਐਲਾਨ ਕੀਤਾ ਕਿ ਭਾਜਪਾ ਨੂੰ ਹਰਾਓ ਤਾਂ ਉਸ ਤੋਂ ਬਾਅਦ ਕੋਈ ਰਸਤਾ ਨਹੀਂ ਸੀਗਾ ਕਿਸੇ ਕਿਤੇ ਵੀ ਪਾਸੇ ਤਾਂ ਉਹਨਾਂ ਨੇ ਲੋਕਾਂ ਨੇ ਕਿਸਾਨਾਂ ਦੀ ਗੱਲ ਮੰਨੀ ਇਹ ਗੱਲ ਖੈਰ ਉਹਨੇ ਵੀ ਕੀ ਹੈ ਫਿਰ ਦੂਜੇ ਪਾਸੇ ਕਿਸਾਨ ਸੰਯੁਕਤ ਮੋਰਚਾ ਵੀ ਕਹਿ ਰਿਹਾ ਕਿ ਸਾਡੀ ਉੱਥੇ ਹੰਕਾਰ ਸੀਗੀ ਅਸੀਂ ਉੱਥੇ ਗਏ ਸੀਗੇ ਸਾਡੇ ਕਿਸਾਨੀ ਸੰਘਰਸ਼ ਦੇ ਐਲਾਨ ਵੱਲੋਂ ਜੇ ਭਾਜਪਾ ਹਾਰੀ ਹੈਗੀ ਆ ਇਹ ਗੱਲ ਕਿ ਦੋਵੇਂ ਧਿਰਾਂ ਵੱਲੋਂ ਆਪਣੇ ਆਪਣੇ ਤਰੀਕੇ ਨਾਲ ਕਿਹਾ ਜਾ ਰਿਹਾ ਮਮਤਾ ਬੈਨਰਜੀ ਵੀ ਇਹ ਗੱਲ ਕਹਿ ਰਹੀ ਆ ਟਵੀਟ ਕਰਕੇ ਕਿ ਇਹ ਜਿਹੜਾ ਹੁਣ ਕਿਸਾਨਾਂ ਦੇ ਪ੍ਰਤੀ ਲੈ ਲਓ ਭਾਵੇਂ ਕਿਵੇਂ ਵੀ ਲੈ ਲਓ ਕਿ ਦੇਸ਼ ਦੇ ਵਿੱਚ ਭਾਜਪਾ ਦਾ ਅਸਰ ਸੂ ਖਤਮ ਹੋ ਰਿਹਾ ਕਿਸਾਨਾਂ ਦੇ ਖੇਤੀ ਬਿੱਲ ਰੱਦ ਕਰੋ ਨਹੀਂ ਤਾਂ ਫਿਰ ਵੱਡੇ ਸੰਘਰਸ਼ ਦਾ ਸਾਹਮਣਾ ਕਰਨ ਲਈ ਤਿਆਰ ਰਹੇ ਭਾਜਪਾ ਇਹੋ ਜਿਹੀ ਗੱਲ ਮਮਤਾ ਨੇ ਵੀ ਆਪਣੇ ਟਵੀਟ 'ਚ ਕਹੀ ਆ ਖੈਰ ਚਾਰੇ ਪਾਸੇ ਜੇ ਆਪਾਂ ਦੇਖੀਏ ਕਿ ਕਿਸਾਨਾਂ ਦਾ ਬੁਲਬਲਾ ਹੈਗਾ ਭਾਰਤ ਦੇ ਵਿੱਚ ਤੇ ਉਹ ਬਿਲਕੁਲ ਸਹੀ ਗੱਲ ਆ ਚਾਵਲਾ ਸਾਹਿਬ ਤੇ ਦੂਜੀ ਗੱਲ ਇਹ ਆ ਕਿ ਕਿਸਾਨ ਹੁਣ ਦੁਬਾਰਾ ਫਿਰ ਜਿਹੜਾ ਹੈਗਾ ਦਿੱਲੀ ਦੇ ਬਾਰਡਰਾਂ ਉੱਪਰ ਜੁੜੇ ਹੋਏ ਨੇ
ਇਹ ਵੀ ਪਤਾ ਲੱਗਾ ਕਿਸਾਨਾਂ ਨੇ ਕਿਹਾ ਕਿ ਭਾਜਪਾ ਦਾ ਵਿਰੋਧ ਜਾਰੀ ਰਹੇਗਾ, ਸੰਘਰਸ਼ ਦੇ ਵਿੱਚ ਬੀਬੀਆਂ ਵੀ ਗਰਜੀਆਂ ਨੇ, ਦਿੱਲੀ ਵੱਲ ਕਾਫਲੇ ਰਵਾਨਾ ਹੋ ਰਹੇ ਨੇ, ਪਰ ਦਿੱਲੀ ਦੇ ਵਿੱਚ ਜੋ ਹਾਲਾਤ ਨੇ COVID-19 ਕਰਕੇ ਇਤਿਹਾਤ ਬਹੁਤ ਜ਼ਰੂਰੀ ਹੈ। ਮੈਂ ਉੱਧਰ ਵੀ ਗੱਲ ਕਹੀ ਸੀ, ਚਾਹੇ ਉਹ ਨਰਿੰਦਰ ਮੋਦੀ ਸਾਹਿਬ ਦੀ ਸਰਕਾਰ ਹੈ, ਚਾਹੇ ਇੱਥੇ ਸਾਡੇ ਜਸਟਿਨ ਟਰੂਡੋ ਦੀ ਸਰਕਾਰ ਹੈ, ਚਾਹੇ ਉਹ ਟਰੰਪ ਸਾਹਿਬ ਚਲੇ ਗਏ ਨੇ ਅਤੇ ਜੋ ਬਾਈਡਨ ਦੀ ਸਰਕਾਰ ਹੈ, ਚਾਹੇ ਜੌਨ ਬੋਰਸਨ ਹੈ, ਚਾਹੇ ਕੋਈ ਵੀ ਕਿਸੇ ਵੀ ਦੇਸ਼ ਦਾ ਪ੍ਰਧਾਨ ਮੰਤਰੀ, ਉਹ ਕੁਛ ਇਕੱਲਾ ਨਹੀਂ ਕਰ ਸਕਦਾ। ਉਹ ਸਿਰਫ ਰੂਲ ਐਂਡ ਰੈਗੂਲੇਸ਼ਨ ਲਾਗੂ ਕਰ ਸਕਦਾ, ਪਰ ਅਸੀਂ ਉਹਨਾਂ ਨੂੰ ਫੋਲੋ ਕਰਨਾ, ਅਸੀਂ ਉਹਨਾਂ ਨੂੰ ਆਪਣੇ ਆਪ 'ਤੇ ਅਪਲਾਈ ਕਰਾਂਗੇ ਅਤੇ ਦੇਸ਼ ਦੀਆਂ ਸਰਕਾਰਾਂ ਦਾ ਸਾਥ ਦੇਵਾਂਗੇ, ਤਾਂ ਹੀ ਇਸ ਅਧਿਕ ਦੁਸ਼ਮਣ ਨੂੰ ਅਸੀਂ ਹਰਾ ਸਕਦੇ ਹਾਂ। ਨਹੀਂ ਤਾਂ ਜੇ ਮੋਢਿਆਂ 'ਤੇ ਥੁੱਕੇ ਤਾਂ ਫਿਰ ਨਹੀਂ ਕੁਝ ਬਣਨਾ। ਜੇ ਮੱਸਿਆ ਪੁੰਨਿਆ ਸੰਗਰਾਂਦ ਅਸੀਂ ਜਾ ਕੇ ਇਸੇ ਤਰ੍ਹਾਂ ਹੀ ਇਕੱਠੇ ਹੁੰਦੇ ਰਹੇ ਅਤੇ ਉਹਨਾਂ ਦੇ ਵਿੱਚ 10 ਬੰਦੇ ਬਿਮਾਰ ਨੇ ਅਤੇ 10 ਨੇ 100 ਨੂੰ ਅਤੇ 100 ਨੇ 1000 ਨੂੰ ਅਤੇ 1000 ਨੇ ਲੱਖਾਂ ਨੂੰ ਕਰਨਾ ਹੀ ਕਰਨਾ ਕਰਨਾ ਹੀ ਕਰਨਾ ਇਹ ਜੇ ਅਸੀਂ ਇਸ ਤਰ੍ਹਾਂ ਹੀ ਰਹੇ। ਹਾਂਜੀ, ਚਾਹੇ ਉਹ ਕੁੰਭ ਦਾ ਇਸ਼ਨਾਨ ਹੈ ਅਤੇ ਚਾਹੇ ਸਾਡੇ ਹੋਲੇ ਮਹੱਲੇ ਵਾਲਾ ਅਤੇ ਚਾਹੇ ਕਿਸੇ ਧਾਰਮਿਕ ਸਥਾਨ ਦੇ ਉੱਤੇ ਹੋਰ ਅਸੀਂ ਇੱਦਾਂ ਇਕੱਠ ਕਰਦੇ ਹਾਂ, ਇੱਕ ਪਾਸੇ ਤਾਂ ਸਾਨੂੰ ਇਹ ਸਾਡੇ ਲੋਕਾਂ ਨੂੰ ਕਿਉਂ ਨਹੀਂ ਇਹ ਮੈਂ ਹੁਣ ਕੀ ਲਫ਼ਜ਼ ਵਰਤਾਂ ਕਿ ਸ਼ਰਮ ਕਿਉਂ ਨਹੀਂ ਆਉਂਦੀ ਕਿ ਸਰਕਾਰ 10 ਬੰਦਿਆਂ ਤੋਂ 15 ਬੰਦਿਆਂ ਤੋਂ ਵੱਧ ਇਕੱਠ ਨਹੀਂ ਹੋਣ ਦਿੰਦੀ, ਵੀ ਨਹੀਂ ਇਕੱਠ ਹੋਣ ਦੇਣਾ ਕਿਉਂਕਿ ਇਨਸਾਨੀਅਤ ਵਾਸਤੇ ਖਤਰਾ ਹੈ, ਇਹ ਖਤਰਨਾਕ ਵੈਰੀਐਂਟ ਹੈ, ਇਹ ਤੋਂ ਬਚਾਓ ਜਿੰਨਾ ਹੋ ਸਕਦਾ ਓਨਾ ਹੀ ਥੋੜ੍ਹਾ। ਅਸੀਂ ਫਿਰ ਵੀ ਉੱਥੇ ਵਹੀਰਾਂ ਘੱਤ ਕੇ ਜਿਸ ਤਰੀਕੇ ਦੇ ਨਾਲ ਕਹੀਏ ਕਿ ਗੁਰਦੁਆਰੇ ਮੰਦਰ ਮਸਜਿਦਾਂ ਦੇ ਵਿੱਚ ਜਿਹੜਾ ਹੈ ਉਹ ਮੱਸਿਆ ਪੁੰਨਿਆ ਸੰਗਰਾਂਦ ਅਜੇ ਵੀ ਨਹੀਂ ਛੱਡ ਰਹੇ, ਇਹਦਾ ਮਤਲਬ ਕੀ ਹੈ? ਸਾਡੀ ਇਨਫੋਰਮੇਸ਼ਨ ਲੈਕ ਆਫ ਨੌਲੇਜ ਹੈ ਜਾਂ ਉੱਥੋਂ ਦਾ ਮੀਡੀਆ ਪੂਰੀ ਭੂਮਿਕਾ ਨਹੀਂ ਨਿਭਾ ਰਿਹਾ? ਵੀ ਵਰਜ ਲਓ, ਘਰੇ ਘਰੇ ਬਹਿ ਜਾਓ, ਅਜੇ ਥੋੜ੍ਹਾ ਚਿਰ ਵਾਸਤੇ ਇਤਿਹਾਸ ਵਰਤ ਲਓ। ਇਹ ਵੀ ਕਿਆਸ ਰਹੀਆਂ ਉੱਠ ਰਹੀਆਂ ਨੇ ਕਿ ਲੋਕਡਾਊਨ ਦੁਬਾਰਾ ਲੱਗੇਗਾ, ਪਰ ਸਰਕਾਰ ਕਹਿੰਦੀ ਨਹੀਂ। ਪੰਜਾਬ ਦੇ ਵਿੱਚ ਵੀ ਕਹਿੰਦੇ ਨੇ ਕਿ ਅਜੇ ਕੁਝ ਪਾਬੰਦੀਆਂ ਜ਼ਿਆਦਾ ਸਖ਼ਤ ਕੀਤੀਆਂ ਗਈਆਂ ਨੇ, ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਹਾਂ, ਚਾਵਲਾ ਸਾਹਿਬ, ਪੰਜਾਬ ਦੇ ਵਿੱਚ ਨਾ ਜਿਹੜਾ ਕਿ ਪਾਬੰਦੀਆਂ ਦਾ ਜ਼ਿਆਦਾ ਕੀਤੀਆਂ, ਸਕੂਲਾਂ ਕਾਲਜ ਦਾ ਪਹਿਲੀ ਬੰਦ ਹੈਗੇ ਆ ਤੇ ਦੁਕਾਨਾਂ ਜਿਹੜੀਆਂ ਖਾਸ ਇਹ ਖੁੱਲੀਆਂ ਰਹਿਣਗੀਆਂ ਤੇ ਆਵਾਜਾਈ ਖੈਰ ਚੱਲਦੀ ਰਹੇਗੀ। ਪਰ ਜੇਕਰ ਕੋਈ ਪੰਜਾਬ ਦੇ ਵਿੱਚ ਬਾਹਰਲੇ ਸੂਬੇ ਚੋਂ ਦਾਖਲ ਹੁੰਦਾ ਤੇ ਉਹਨੂੰ ਆਪਣੀ ਇੱਕ ਤਾਂ ਵੈਕਸੀਨ ਕੀਤੀ ਜਿਹੜੀ ਕਿ ਟੀਕਾ ਲੱਗਿਆ ਉਹ ਦਿਖਾਉਣਾ ਪਏਗਾ ਸਰਟੀਫਿਕੇਟ, ਤੇ ਇਹ ਜ਼ਰੂਰੀ ਕਰਤਾ ਪੰਜਾਬ ਦੇ ਵਿੱਚ, ਕੋਈ ਬੰਦਾ ਵੀ ਪੰਜਾਬ 'ਚ ਦਾਖਲ ਨਹੀਂ ਹੋ ਸਕੇਗਾ ਬਾਹਰ ਸੂਬਿਆਂ ਦਾ। ਤੇ ਜਿਹੜਾ ਬਲਵੀਰ ਸਿੰਘ ਸਿੱਧੂ ਹੈਗਾ ਸਿਹਤ ਮੰਤਰੀ, ਉਹਨੇ ਤਾਂ ਕਹਿ ਪ੍ਰਧਾਨ ਮੁੱਖ ਮੰਤਰੀ ਨੂੰ ਕਿਹਾ ਸੀਗਾ ਕਿ ਤੁਸੀਂ ਲੋਕਡਾਊਨ ਲਾਓ ਘੱਟ ਤੋਂ ਘੱਟ 10 ਦਿਨਾਂ ਦਾ, ਕਿਉਂਕਿ ਪੰਜਾਬ ਦੇ ਵਿੱਚ ਬਹੁਤ ਵੱਡੀ ਪੱਧਰ ਤੇ ਕੋਰੋਨਾ ਪੋਜ਼ਿਟਿਵ ਆ ਰਹੇ ਆ। ਤੇ ਦੂਜੀ ਗੱਲ ਸਰ, ਜਿਹੜਾ ਕੈਪਟਨ ਅਮਰਿੰਦਰ ਸਿੰਘ ਨੇ ਉਹਨਾਂ ਨੇ ਇਸ ਗੱਲ ਨੂੰ ਖੈਰ ਮੰਨਿਆ ਨੀ ਆਪਣੇ ਸਿਹਤ ਮੰਤਰੀ ਦੀ ਗੱਲ ਨੂੰ, ਉਹਨੇ ਕਿਹਾ ਕਿ ਜੇਕਰ ਲੋਕਾਂ ਵੱਲੋਂ ਪਾਬੰਦੀਆਂ ਦਾ ਅਸਰ ਨਾ ਕੀਤਾ, ਲੋਕਾਂ ਤੇ ਹੋਇਆ ਅਸਰ, ਤਾਂ ਅਸੀਂ ਦੁਬਾਰਾ ਫਿਰ ਸੋਚਾਂਗੇ ਇਸ ਬਾਰੇ ਕਿਵੇਂ ਕਰਨਾ ਹੈਗਾ। ਸੱਚ ਹੈ ਚਾਵੜਾ ਸਾਹਿਬ, ਪੰਜਾਬ ਦੇ ਵਿੱਚ ਕੋਰੋਨਾ ਕਾਫੀ ਫੈਲ ਰਿਹਾ, ਉਦੋਂ ਇਹੋ ਜਿਹੀਆਂ ਸਾਹਮਣੇ ਆਈਆਂ ਨੇ, ਵੀਡੀਓ ਸਾਹਮਣੇ ਆ ਜਾਣਾ ਕਿ ਕੀਰਤਪੁਰ ਸਾਹਿਬ ਦੇ ਵਿੱਚ ਜਿੱਥੇ ਫੁੱਲ ਅਰਥ ਪੈਂਦੇ ਆ ਪੈਂਦੇ ਆ ਦਰਸ਼ਕਾਂ ਦੇ, ਉੱਥੇ ਲਾਈਨਾਂ ਲੱਗੀਆਂ ਨੇ, ਵੀਡੀਓ ਆਈ, ਲਾਈਨਾਂ ਲੱਗੀਆਂ ਨੇ ਕਾਫੀ। ਤੇ ਮੈਂ ਵੇਖ ਰਿਹਾ ਸੀ ਵੀਡੀਓ, ਮੈਂ ਵੇਖ ਰਿਹਾ ਸੀ, ਅਸੀਂ ਸ਼ੇਅਰ ਕਰਨ ਨੂੰ ਸਾਡਾ ਦਿਲ ਨਹੀਂ ਕਰਦਾ, ਸ਼ੇਅਰ ਕਰਨ ਨੂੰ ਮਨ ਨਹੀਂ ਕਰਦਾ, ਕਿਉਂਕਿ ਇਹੋ ਜਿਹਾ ਮਤਲਬ ਦ੍ਰਿਸ਼ ਬਣੇ ਹੋਏ ਨੇ ਕਿ ਲਾਈਨਾਂ ਲੱਗੀਆਂ ਹੋਈਆਂ ਮੌਤਾਂ ਦੀ, ਮਤਲਬ ਜਿਹੜੇ ਮਤਲਬ ਆਪਾਂ ਜਿਹਨੂੰ ਕਹਿ ਲਓ ਕੀ ਹੁੰਦੇ, ਜਿਹੜੀ ਉਹ ਅਰਥੀਆਂ ਦੀਆਂ ਲਾਈਨਾਂ ਲੱਗੀਆਂ ਹੋਈਆਂ ਨੇ, ਵੱਡੇ ਵੱਡੇ ਘਾਟਾਂ ਦੇ ਉੱਤੇ ਅਰਥੀਆਂ ਦੀਆਂ ਲਾਈਨਾਂ ਲੱਗੀਆਂ ਹੋਈਆਂ ਨੇ, ਔਰ ਫੁੱਲ ਪਾਉਣ ਵਾਸਤੇ ਵੇਖੋ ਕਿੱਡੀ ਲੰਬੀ ਲਾਈਨ ਲੱਗੀ ਹੋਈ, ਜਿੱਥੇ ਮਤਲਬ ਕਿਤੇ ਭਾਲਿਆ ਜ਼ਮਾਨਿਆਂ ਦੇ ਵਿੱਚ ਇੱਕ ਬੰਦਾ ਮਰ ਜਾਂਦਾ ਹੁੰਦਾ ਸੀ ਅਤੇ ਮਤਲਬ ਲਾਲ ਘਟਾਵਾਂ ਆ ਜਾਂਦੀਆਂ ਹੁੰਦੀਆਂ ਸੀ, ਕਿਤੇ ਕਿਤੇ ਮਰਿਆ ਕੋਈ, ਰੱਬ ਵੀ ਰੋਂਦਾ ਸੀ, ਅੱਜ ਪਤਾ ਨਹੀਂ ਕੀ ਹੋ ਗਿਆ, ਲਾਈਨਾਂ ਲੱਗੀਆਂ ਨੇ। ਔਰ ਇਹ ਮਤ ਸੋਚੀਏ ਕਿ ਉਹ ਜਿਹੜੇ ਛੋਟੇ ਛੋਟੇ ਕੁੱਜੇ ਨੇ ਉਹ ਕਿਸੇ ਨਹੀਂ ਪੈਣਾ, ਉਹਨਾਂ ਕੁੱਜਿਆਂ ਦੇ ਵਿੱਚ ਸਾਡੇ ਵਾਸਤੇ ਨਹੀਂ, ਉਹ ਕੁੱਜੇ ਹਰ ਵਾਸਤੇ ਨੇ, ਉਹ ਜਿਹੜੀਆਂ ਮਤਲਬ ਮਿੱਟੀ ਦੇ ਭਾਂਡੇ ਦੇ ਵਿੱਚ ਜਿਹੜੇ ਫੁੱਲ ਲੈ ਕੇ ਜਾਂਦੇ ਨੇ, ਜਿਹੜੇ ਚਿੱਟੇ ਕੱਪੜੇ ਦੇ ਵਿੱਚ ਫੁੱਲ ਪਾਏ ਨੇ, ਉਹ ਕਿਸੇ ਮਤਲਬ ਬਾਕੀਆਂ ਵਾਸਤੇ, ਸਾਡੇ ਵਾਸਤੇ ਨਹੀਂ, ਸਾਡੇ ਵਾਸਤੇ ਪਤਾ ਨਹੀਂ ਕਿਹਦੇ ਕਦੋਂ ਕਿੱਥੇ ਵਕਤ ਵਾਰੀ ਆਉਣੀ। ਸੋ ਇਸ ਚੀਜ਼ ਨੂੰ ਜ਼ਰੂਰ ਆਪਣੇ ਇੱਥੇ ਰੱਖ ਕੇ ਚੱਲੋਗੇ ਤਾਂ ਅਸੀਂ ਤੁਸੀਂ ਇਸ ਸਮਾਜ ਦੇ ਵਿੱਚ, ਇਸ ਦੁਨੀਆਂ ਦੇ ਵਿੱਚ, ਡਜ਼ਨ ਮੈਟਰ ਕਿਸੇ ਵੀ ਦੇਸ਼ ਦਾ ਕੋਈ ਵੀ ਬਛਿੰਦਾ ਜਿਹੜਾ ਹੈ ਉਹ ਯੋਗਦਾਨ ਪਾ ਸਕਦਾ, ਪਰ ਜੇ ਚੀਜ਼ ਪੱਲੇ ਬੰਨ੍ਹ ਕੇ ਚੱਲਾਂਗੇ। ਹਾਂਜੀ, ਆਕਸੀਜਨ ਦੀ ਘਾਟ ਕਾਰਨ ਰਾਜਨੀਤੀ ਰੱਜ ਕੇ ਹੋ ਰਹੀ ਹੈ। ਕਰਨਾਟਕ ਵਿੱਚ ਯੇਦੀਯੁਰੱਪਾ ਸਰਕਾਰ ਦੇ ਹੁੰਦਿਆਂ 24 ਵਿਅਕਤੀਆਂ ਦੀ ਮੌਤ ਅਤੇ ਰਾਹੁਲ ਗਾਂਧੀ ਰਾਜਨੀਤੀ ਕਰਨ ਤੋਂ ਫਿਰ ਬਾਜ਼ ਨਹੀਂ ਆਏ। ਕਹਿੰਦੇ ਨੇ ਕਿ ਇਹ ਮੌਤਾਂ ਨਹੀਂ ਹੱਤਿਆ। ਯੇਦੀਯੁਰੱਪਾ ਸਰਕਾਰ ਜਿਹੜੀ ਉੱਥੇ ਹੈਗੀ ਹੈ ਨਾ ਕਰਨਾਟਕਾ ਦੇ ਵਿੱਚ, ਚਾਵਲਾ ਸਾਹਿਬ, ਉਹ ਬੀਜੇਪੀ ਦੇ ਨਾਲ ਸੰਬੰਧਿਤ ਸਰਕਾਰ ਹੈਗੀ ਹੈ,
ਤੇ ਉੱਥੇ ਮੌਤਾਂ ਹੋਈਆਂ ਨੇ। ਰਾਹੁਲ ਗਾਂਧੀ ਨੇ ਕਿਹਾ ਕਿ ਇਹ ਹੱਤਿਆ ਵਾ ਨਹੀਂ, ਅਸਲ ਚ ਕਤਲ ਹੈਗਾ ਇਹ, ਆਪੋ ਆਪਣੇ ਤਰੀਕੇ ਦੀ ਬਿਆਨਬਾਜ਼ੀ ਹੁੰਦੀ ਆ। ਨਹੀਂ ਤੇ ਇਹਨੂੰ ਪੰਜਾਬ ਨਹੀਂ ਦਿਖਾਈ ਦੇ ਰਿਹਾ, ਪੰਜਾਬ ਦੇ ਵਿੱਚ ਕਾਂਗਰਸ ਸਰਕਾਰ, ਪੰਜਾਬ ਦੇ ਵਿੱਚ ਵੀ ਤਾਂ ਮਤਲਬ ਹਰਲ ਹਰਲ ਕਰਦਾ ਫਿਰਦਾ ਕੋਵਿਡ 19, ਤੇ ਉੱਥੇ ਵੀ ਮੌਤਾਂ ਹੋ ਰਹੀਆਂ ਨੇ, ਕੀ ਗੱਲ, ਇਹ ਉਹ ਹੱਤਿਆ ਨਹੀਂ? ਬਿਲਕੁਲ ਸਹੀ ਹੈ ਤੁਹਾਡੀ ਗੱਲ ਚਾਵਲਾ ਸਾਹਿਬ, ਹਰ ਰਾਜਨੀਤੀ ਨਹੀਂ ਕਰਨੀ ਚਾਹੀਦੀ ਪਰ ਭਾਜਪਾ ਵੀ ਕਰਦੀ ਆ, ਭਾਜਪਾ ਵੀ ਕਰਦੀ ਹੈ ਰਾਜਨੀਤੀ, ਆਮ ਆਦਮੀ ਪਾਰਟੀ ਰਾਜਨੀਤੀ ਕਰਦੀ ਆ, ਰਾਜਨੀਤੀ ਸਾਰੀਆਂ ਪਾਰਟੀਆਂ ਕੋਰੋਨਾ ਦੇ ਉੱਪਰ ਕਰ ਰਹੀਆਂ ਨੇ। ਹਰ ਇੱਕ ਜੇ ਕਦੀ ਕਾਂਗਰਸ ਕਰਦੀ ਤਾਂ ਆਪਾਂ ਨਾ ਕਹਿੰਦੇ, ਆਪਾਂ ਗੱਲ ਕਾਂਗਰਸ ਵੀ ਕਰਦੀ ਆ, ਸਾਰੀਆਂ ਕਰ ਰਹੀਆਂ ਨੇ, ਉਹੀ ਤਾਂ ਗੱਲ ਹੈ, ਰਾਜਨੀਤੀ ਤਾਂ ਲੱਗੀ ਹੋਈ ਕਰੇ। ਬਿਲਕੁਲ ਬਿਲਕੁਲ ਬਿਲਕੁਲ, ਜਿਹੜਾ ਹੈਗਾ 24 ਬੰਦੇ ਮਰੇ ਨੇ, ਇੱਕ ਬੰਦਾ ਸੀਗਾ ਜਿਹੜਾ ਕਿ ਕੋਰੋਨਾ ਨਹੀਂ ਸੀਗਾ, ਉਹਦੇ ਹੋਰ ਬਿਮਾਰੀ ਸੀ ਕੋਈ, ਤੇ 23 ਬੰਦੇ ਕੋਰੋਨਾ ਵਾਲੇ ਸੀਗੇ ਜਿਹੜੇ ਕਿ ਪੋਜ਼ਿਟਿਵ ਸੀ, ਉਹਨਾਂ ਦੀ ਆਕਸੀਜਨ ਨਾ ਮਿਲਣ ਕਰਕੇ ਉੱਥੇ ਮੌਤ ਹੋਈ ਆ। ਬੇਸ਼ੱਕ ਸੁਪਰੀਮ ਕੋਰਟ ਨੇ ਇਹ ਗੱਲ ਕਹੀ ਹੈ ਚਾਵਲਾ ਸਾਹਿਬ ਕਿ ਜਿੰਨੇ ਵੀ ਜੋ ਵੀ ਆਕਸੀਜਨ ਦੇ ਹੈਗੇ ਆ ਵਾਧੂ ਮਾਤਰਾ ਦੇ ਵਿੱਚ ਤੁਹਾਡੇ ਕੋਲੇ ਹੋਣੀ ਚਾਹੀਦੀ ਆ, ਭੰਡਾਰੀ ਕਰਨ ਤੁਸੀਂ ਕਰੋ ਕਿਉਂਕਿ ਕਿਤੇ ਵੀ ਲੋੜ ਪੈ ਸਕਦੀ ਆ ਆਕਸੀਜਨ ਦੀ, ਉਹਨਾਂ ਨੇ ਕਿਹਾ। ਪਰ ਆਕਸੀਜਨ ਕਾਰਨ ਫਿਰ ਵੀ ਮੌਤਾਂ ਕਾਫੀ ਭਾਰਤ ਵਿੱਚ ਹੋ ਰਹੀਆਂ, ਹਾਲੇ ਟਿਕੀਆਂ ਨਹੀਂ ਗਈਆਂ ਮੌਤਾਂ, ਅਜੇ ਹਾਲੇ ਬੰਦ ਨਹੀਂ ਹੋਈਆਂ। ਇਹ ਭਾਰਤ ਦਾ ਨਜ਼ਰ ਬੜਾ ਖਤਰਨਾਕ ਹੈ। ਦੋਸਤੋ, ਲਾਲੀ ਸਵੀਟਸ ਐਂਡ ਤੰਦੂਰੀ ਰੈਸਟੋਰੈਂਟ ਤੇ ਕੁਝ ਕਿਤਾਬਾਂ ਅੱਜ ਮੇਰੇ ਕੋਲ, ਜਿਨ੍ਹਾਂ ਨੇ ਨਾਲ ਖਾਏ ਸੀ, ਮੈਂ ਉਹਨਾਂ ਦੇ ਸਟਿੱਕਰ ਲਾ ਕੇ ਉਹਨਾਂ ਨੇ ਮੰਗਵਾਈਆਂ ਸਨ, 10 ਕੁ ਕਿਤਾਬਾਂ ਜਿਹੜੀਆਂ ਨੇ ਰਹਿ ਗਈਆਂ ਨੇ, ਤੇ ਮੇਰੇ ਖਿਆਲ 'ਚ 10 ਕਿਤਾਬਾਂ ਜਿਹੜੀਆਂ ਨੇ ਉਹ ਸਕਾਈਵੇ ਟਰੈਵਲ ਦੇ ਕਰਮਜੀਤ ਸਿੰਘ ਸੈਣੀ ਹੁਣਾਂ ਦੇ ਕੋਲ ਹੋਣਗੀਆਂ, ਬਾਕੀ ਸਾਰੀਆਂ ਚਲੇ ਗਈਆਂ ਨੇ। ਔਰ ਇਹ ਜਿਨ੍ਹਾਂ ਪੁੱਠੀਆਂ ਖੱਲਾਂ ਲਵਾਈਆਂ, ਲਾਲੀ ਸਵੀਟਸ ਐਂਡ ਰੈਸਟੋਰੈਂਟ 499 ਰਿਲਾਸਨ ਤੇ ਮੇਗਲੋਗਲਨ ਦੇ ਉੱਤੇ ਹਨ, ਤੁਸੀਂ ਉੱਥੋਂ ਇਹ ਆਪਣੀ ਜਿਹੜੀ 10 ਕਿਤਾਬਾਂ ਆਈ ਥਿੰਕ ਉੱਥੇ ਪਈਆਂ ਨੇ ਉਹ ਤੁਸੀਂ ਲੈ ਸਕਦੇ ਹੋ। ਜੇ ਤੁਸੀਂ ਅਫੋਰਡ ਨਹੀਂ ਕਰਦੇ ਤਾਂ ਤੁਸੀਂ ਫ੍ਰੀ ਵੀ ਉੱਥੋਂ ਇਹ ਕਿਤਾਬ ਲੈ ਕੇ ਪੜ੍ਹ ਸਕਦੇ ਹੋ। ਜੇ ਤੁਸੀਂ $10 ਦੇ ਦਿਓਗੇ, ਜਿੰਨੇ ਇਕੱਠੇ ਹੋ ਜਾਣਗੇ ਆਪਾਂ ਕੀਦਾ ਸਾਹਿਬ ਨੂੰ ਭੇਜ ਦੇਣੇ, ਜਿੰਨੇ ਥੋੜ੍ਹੇ ਗਏ ਪੱਲਿਓ ਪਾਲਾਂਗੇ, ਇੱਕ ਸੇਵਾ ਹੀ ਹੈ। ਜਿੰਨਾ ਪੁੱਠੀਆਂ ਖੱਲਾਂ ਲਿਖਾਈਆਂ, ਬਹੁਤ ਇਤਿਹਾਸਕ ਧਾਰਮਿਕ ਨਾਵਲ ਹੈ, ਪੜ੍ਹਨ ਵਾਲਾ, ਤੁਹਾਡੇ ਗਿਆਨ ਦੇ ਵਿੱਚ ਵਾਧਾ ਹੋਵੇਗਾ। ਰਾਜਨੀਤੀ ਤਾਂ ਕੀਦਾ ਸਾਹਿਬ, ਮੈਂ ਅਕਸਰ ਕਹਿੰਦਾ ਹੁੰਦਾ ਕਿ ਸਾਡੇ ਦੇਸ਼ ਦੇ ਰਾਜਨੇਤਾ ਨੇਤਾ ਜਿਹੜੇ ਨੇ ਇੰਨੇ ਗਿਰ ਚੁੱਕੇ ਨੇ, ਇੰਨਾ ਇਹਨਾਂ ਦਾ ਪੱਠਾ ਬਹਿ ਚੁੱਕਾ ਹੈ ਕਿ ਬੰਦੇ ਦੀ ਮੌਤ ਤਾਂ ਬਹੁਤ ਵੱਡੀ ਰਾਜਨੀਤੀ, ਉੱਤੇ ਬਿਆਨ ਦੇਣਾ, ਇਹ ਤਾਂ ਪਿੰਡ ਦੇ ਵਿੱਚ ਕੂੜੇ ਦੀ ਜਿਹੜੀ ਢੇਰੀ ਹੁੰਦੀ ਨਾ, ਰਿਊੜੀ ਇਹਨੂੰ ਰੋੜੀ ਕਹਿੰਦੇ ਆ ਨਾ, ਹਾਂਜੀ, ਉਹਨੂੰ ਕਿਤੇ ਚੁਕਾਉਣਾ ਹੋਵੇ ਤੇ ਉੱਥੇ ਵੀ MLA ਤੇ MP ਦੀ ਲੜਾਈ ਉਹ ਪੈਂਦੀ ਹੈ ਵੀ ਮੈਂ ਇੱਥੇ ਖਲੋ ਕੇ ਢੇਰ ਤੇ ਫੋਟੋ, ਗੰਦਗੀ ਦੇ ਢੇਰ ਤੇ ਮੈਂ ਫੋਟੋ ਖਿਚਾਉਣੀ ਹੈ ਵੀ ਇਹ ਜਿਹੜੀ ਹੈ ਰੋੜੀ ਚੁਕਾਈ, ਅਸੀਂ ਸਫਾਈ ਕਰਵਾ ਰਹੇ, ਇੰਨੀ ਗਿਰ ਚੁੱਕੀ ਹੈ ਇਹਨਾਂ ਦੀ ਰਾਜਨੀਤੀ। ਹਾਲਾਂਕਿ ਕੋਈ ਵੱਡੀ ਗੱਲ ਨਹੀਂ ਹੁੰਦੀ, ਤੇ ਇੱਕ ਗਰੀਬ ਨੂੰ 10 ਜਣੇ ਕੇਲਾ ਫੜਾਉਂਦੇ ਹੁੰਦੇ ਆ, ਹਾਂਜੀ, ਭਲਿਆ ਵੇਲਿਆਂ ਦੇ ਵਿੱਚ ਸਰਕਾਰੀ ਸਰਟੀਫਿਕੇਟ ਦੇ ਉੱਤੇ ਸ਼ੇਰ ਦੀ, ਸਰਕਾਰ ਦੀ ਹੀ ਫੋਟੋ ਹੁੰਦੀ ਸੀ, ਸ਼ੇਰ ਦੀ, ਡਜ਼ਨਟ ਮੈਟਰ ਕਿਸੇ ਦੀ ਵੀ ਉਹ ਸਰਕਾਰ ਹੁੰਦੀ ਸੀ, ਕਾਂਗਰਸ ਸੀ ਚਾਹੇ ਭਾਜਪਾ ਦੀ ਰਹੀ ਹੈ ਤੇ ਚਾਹੇ ਉਹ ਹੋਰ ਵੀ ਕੋਈ ਆਈ ਹੋਵੇ ਸਾਂਝੀ, ਉੱਥੇ ਸਰਕਾਰੀ ਸਰਟੀਫਿਕੇਟ ਇੱਕੋ ਜਿਹਾ ਹੀ ਹੁੰਦਾ ਸੀਗਾ। ਅੱਜ ਹਾਲਾਤ ਰਾਜਨੀਤੀ ਦੇ ਇੰਨੇ ਬਦਲ ਚੁੱਕੇ ਨੇ, ਉੱਥੇ ਕਿ ਹਰ ਚੀਜ਼ ਦੇ ਉੱਤੇ ਰਾਜਨੀਤੀ ਹੈ, ਹਰ ਚੀਜ਼। ਉੱਥੇ ਤੁਹਾਡੇ ਮੈਨੂੰ ਇੱਕ ਫੋਟੋ ਆਈ ਸੀਗੀ COVID-19 ਦਾ ਟੀਕਾ ਲਵਾਉਣ ਦੇ, ਉਹ ਜਿੱਥੇ ਟੀਕਾ ਲੱਗਣਾ ਉੱਥੇ ਮਗਰਲੇ ਪਾਸੇ ਇੱਕ ਪ੍ਰਧਾਨ ਜੀ ਦੀ ਫੋਟੋ ਲੱਗੀ ਹੋਈ ਆ, ਅਤੇ ਜਿੰਨੇ ਵੀ ਉੱਥੇ ਬੈਠੇ ਹੋਣਗੇ ਪ੍ਰਧਾਨ ਜੀ ਦੇ ਫੋਨ ਕਰਕੇ ਹੀ ਉਹਨਾਂ ਨੂੰ ਉਹਨਾਂ ਦੀ ਲਿਸਟ 'ਚ ਨਾਮ ਸ਼ਾਮਿਲ ਹੋਇਆ ਹੋਣਾ, ਲੱਡੂ ਜਿਹਾ ਪ੍ਰਧਾਨ, ਆ ਮੈਂ ਵੀ ਲਵਾ ਕੇ ਆਇਆ ਕਰੋਨਾ ਦਾ ਟੀਕਾ। ਸਰਕਾਰ ਦਾ ਇੱਕ ਉੱਥੇ ਸਿਰਫ ਓਨਟੇਰੀਓ ਦਾ ਇੱਕ ਜਿਹੜਾ ਮਤਲਬ ਹੈਗਾ ਆ ਰਸੀਦ, ਉਹ ਨਿਕਲੀ ਹੈ, ਕੋਈ ਉੱਥੇ ਪੋਸਟਰ ਨਹੀਂ, ਕੋਈ ਉੱਥੇ ਕੁਛ ਨਹੀਂ, ਹਾਂਜੀ, ਉੱਥੇ ਤਾਂ ਮੈਨੂੰ ਲੱਗਦਾ ਕਿ ਫਰਮਾਇਸ਼ਾਂ ਦੇ ਉੱਤੇ ਤਾਂ ਆਧਾਰ ਕਾਰਡ ਬਣਦੇ ਅਤੇ ਫਰਮਾਇਸ਼ਾਂ ਦੇ ਉੱਤੇ ਅੱਜ ਕੱਲ੍ਹ ਮੈਂ ਟੀਕੇ ਲੱਗਦੇ ਹੋਣੇ ਆ, ਇੰਨੀ ਤਾਂ ਰਾਜਨੀਤੀ ਦਾ ਬੇੜਾ ਗਰਕ ਹੋਇਆ। ਇਹ ਹੈ ਸਿਸਟਮ ਦੀ ਦੁਰਵਰਤੋਂ, ਇਸੇ ਕਰਕੇ ਤਾਂ ਹੁਣ ਅਖਬਾਰਾਂ ਬੋਲਦੀਆਂ ਨੇ ਦੇਸ਼ਾਂ ਵਿਦੇਸ਼ਾਂ ਦੀਆਂ। ਫਰਾਂਸ ਦਾ ਪ੍ਰਮੁੱਖ ਅਖਬਾਰ ਹੈ ਲੇ ਮੁੰਡੇ, ਆਪਣੀ ਸੰਪਾਦਕੀ ਵਿੱਚ ਭਾਰਤ ਵਿੱਚ ਕੋਰੋਨਾ ਲਈ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਜ਼ਿੰਮੇਵਾਰ ਦੱਸ ਰਹੇ ਨੇ ਕਿ ਬਾਹਰਲੇ ਦੇਸ਼ਾਂ ਦੇ ਵਿੱਚ ਜਦੋਂ ਕੋਰੋਨਾ ਫੈਲਦਾ ਹੈ, ਉੱਥੇ ਹੁਣ ਟਰੰਪ ਰਿਹਾ ਹੈ ਜਾਂ ਚਾਈਨਾ ਦਾ ਚੀਨ ਜਿੰਗਪਿੰਗ ਹੈ ਜਾਂ ਦੱਖਣੀ ਕੋਰੀਆ, ਉੱਤਰ ਕੋਰੀਆ, ਇੰਗਲੈਂਡ ਹੈ, ਕੈਨੇਡਾ ਹੈ, ਇਹਨਾਂ ਦੇ ਪ੍ਰਧਾਨ ਮੰਤਰੀ ਜ਼ਿੰਮੇਵਾਰ ਹੁੰਦੇ ਨੇ। ਕੀ ਕਹਿਣਾ ਚਾਹੋਗੇ? ਲੇ ਮੁੰਡੇ ਬਹੁਤ ਵੱਡਾ ਅਖਬਾਰ ਆ ਫਰਾਂਸ ਦਾ, ਜੋ ਮੈਂ ਪੜ੍ਹ ਰਿਹਾ ਸੀਗਾ ਉਸ ਅਖਬਾਰ ਬਾਰੇ। ਇਸ ਤੋਂ ਪਹਿਲਾਂ ਟਾਈਮ ਨੇ, ਇਸ ਤੋਂ ਪਹਿਲਾਂ ਹੋਰ ਕਈ ਅਖਬਾਰਾਂ ਨੇ ਜਿਹੜੇ ਕਿ ਅੰਤਰਰਾਸ਼ਟਰੀ 2001 ਟਾਈਮ ਹੈਗਾ, ਤੇ ਬਹੁਤ ਸਾਰੇ ਬਾਹਰ ਦੇ ਅਖਬਾਰਾਂ ਨੇ ਵੀ ਕਿਹਾ ਕਿ ਕੋਰੋਨਾ
ਦੇ ਸੰਬੰਧ ਵਿੱਚ ਦਿਖਾਇਆ ਵੀ ਹਾਲਾਤ ਬਹੁਤ ਠੀਕ ਨਹੀਂ ਭਾਰਤ ਵਿੱਚ, ਉੱਥੇ ਲਈ ਕੁਝ ਲੋਕ ਜ਼ਿੰਮੇਵਾਰ ਹੈਗੇ ਆ। ਤੇ ਲੇਹ ਮੁੰਡੇ ਨੇ ਸਪਸ਼ਟੀਕਰਨ ਆਪਣੇ ਸੰਪਰਕ ਦੇ ਵਿੱਚ ਕਿਹਾ ਕਿ ਉਹਨੇ ਕਿਹਾ ਕਿ ਬਹੁਤ ਬਹੁਤ ਜ਼ਿਆਦਾ ਕਰੋਨਾ ਫੈਲ ਰਿਹਾ, ਆਪਾਂ ਬਹੁਤ ਜ਼ਿਆਦਾ ਕਰੋਨਾ ਆ ਗਿਆ ਉੱਥੇ, ਤੇ ਸਭ ਤੋਂ ਵੱਧ ਦੁਨੀਆਂ ਦੇ ਵਿੱਚ ਸਭ ਤੋਂ ਵੱਧ ਕਰੋਨਾ ਪੋਜ਼ਿਟਿਵ ਜਿਹੜਾ ਬੰਦੇ ਆ ਰਹੇ ਨੇ ਉਹ ਭਾਰਤ ਵਿੱਚ। ਤਕਰੀਬਨ 3.5 ਲੱਖ ਤੋਂ ਵੱਧ ਕਰੋਨਾ ਮਰੀਜ਼ ਡੇਲੀ ਆ ਰਹੇ ਆ ਭਾਰਤ ਵਿੱਚ, ਉਹਨਾਂ ਨੇ ਇਹ ਗੱਲ ਇਹ ਅੰਕੜੇ ਦੱਸਿਆ ਵਿੱਚ। ਤੇ ਨਾਲ ਹੀ ਕਿਹਾ ਕਿ ਉੱਥੇ ਇਸ ਸਾਰੀ ਜਿਹੜੀ ਬਿਮਾਰੀ ਆ ਰਹੀ ਆ ਉਹਦੇ ਪਿੱਛੇ ਪ੍ਰਧਾਨ ਮੰਤਰੀ ਮੋਦੀ ਜੀ ਜ਼ਿੰਮੇਵਾਰ ਹੈਗੇ ਆ, ਤੇ ਉਹਨਾਂ ਨੇ ਇਸ ਨੂੰ ਬੜਬੋਲਾ ਵੀ ਲਫ਼ਜ਼ ਵੀ ਕਿਹਾ। ਖੈਰ ਸਾਡੇ ਪ੍ਰਧਾਨ ਮੰਤਰੀ ਨੂੰ ਬੜਬੋਲਾ ਲਫ਼ਜ਼ ਕਹਿਣਾ ਕਿਸੇ ਹੋਰ ਕੋਲੋਂ ਚੰਗਾ ਲੱਗਦਾ, ਪਰ ਉਹਨਾਂ ਨੇ ਲਫ਼ਜ਼ ਨੂੰ ਕਿਹਾ ਵੀ ਬੜਬੋਲਾ ਲਫ਼ਜ਼ ਆ, ਜ਼ਿਆਦਾ ਬੋਲਦਾ ਝੂਠ ਬੋਲਦਾ, ਤੇ ਇਹ ਲਫ਼ਜ਼ ਵੀ ਉਹਦੇ ਵਿੱਚ ਬੋਲਿਆ ਲੇਹ ਮੁੰਡੇ ਨੇ। ਤੇ ਨਾਲ ਹੀ ਉਹਨਾਂ ਨੇ ਉਦਾਹਰਣ ਦਿੱਤੀਆਂ ਐਗਜਾਮਪਲਾਂ ਵੀ ਕਿਵੇਂ ਉਹ ਬੜਬੋਲਾ ਕਿਵੇਂ ਆ ਤੇ ਉਹ ਜ਼ਿੰਮੇਵਾਰ ਕਿਵੇਂ, ਉਦਾਹਰਣ ਨਾਲ ਐਗਜਾਮਪਲਾਂ ਦਿੱਤੀਆਂ ਉਹ ਪਤਾ ਆਪਾਂ ਨੂੰ ਆਪਣੇ ਕੋਲ। ਖੈਰ ਪਹਿਲੀਆਂ ਗੱਲਾਂ ਹੈਗੀਆਂ ਨੇ ਕਿ ਉਹ ਰੈਲੀਆਂ ਕੀਤੀਆਂ, ਕੁੰਭ ਮੇਲਾ ਨੀ ਠੀਕ ਕਰ ਸਕੇ, ਇਕੱਠਾਂ ਨੂੰ ਨਹੀਂ ਰੋਕ ਸਕੇ, ਤੇ ਵੱਖ ਵੱਖ ਤਰੀਕੇ ਦੇ ਨਾਲ ਜੋ ਉਹਦੇ ਰੈਲੀਆਂ ਕੀਤੀਆਂ ਗਈਆਂ ਉਹਦੇ ਵਿੱਚ ਮਾਸਕ ਨੀ ਪਹਿਨੇ ਆ, ਤਾਂ ਕਾਫੀ ਇਸ ਤਰ੍ਹਾਂ ਦੀ ਗੱਲਾਂ ਕਰਕੇ ਉਹਨੇ ਮੋਦੀ ਜੀ ਨੂੰ ਵੀ ਕਿ ਪ੍ਰਧਾਨ ਮੰਤਰੀ ਦੀ ਜ਼ਿੰਮੇਵਾਰੀ ਬਣਦੀ ਆ ਕਿ ਕਿਸੇ ਵੱਡੀ ਮਹਾਂਮਾਰੀ ਨੂੰ ਰੋਕਣ ਵਾਸਤੇ ਉਹ 6 ਤਰ੍ਹਾਂ ਦੇ ਜਿਹੜੇ ਕਿ ਹੁਕਮ ਜਾਰੀ ਕਰੇ, ਉਹਨਾਂ ਹੁਕਮਾਂ ਤੇ ਲੋਕਾਂ ਨੂੰ ਚਲਾਵੇ। ਤੇ ਇਸ ਕਰਕੇ ਉਹਨੇ ਮੋਦੀ ਜੀ ਨੂੰ ਜ਼ਿੰਮੇਵਾਰ ਠਹਿਰਾਇਆ ਕਿ ਉਸ ਨੇ ਆਪਣੀ ਜ਼ਿੰਮੇਵਾਰੀ ਨਿਭਾਈ ਨਹੀਂ। ਚਲੋ ਜੇ ਅਸੀਂ ਗੱਲ ਕਰੀਏ ਪੱਛਮੀ ਬੰਗਾਲ ਦੀਆਂ ਚੋਣਾਂ ਦੇ ਵਿੱਚ ਤਾਂ ਭਾਜਪਾ ਦੀ ਕਾਰਜਕਾਰੀ ਜਿਹੜੀ ਹੈ ਤੁਸੀਂ ਉਹਨੂੰ ਨਿਖਿੱਧ ਨਹੀਂ ਕਹਿ ਸਕਦੇ, ਕਿੰਨੀ ਵੱਡੀ ਛਾਲ ਮਾਰੀ ਹੈ ਉਹਨਾਂ ਦਾ, ਵੋਟ ਬੈਂਕ ਉੱਥੇ ਵਧਿਆ ਹੈ, ਅਤੇ ਕਿਸਾਨਾਂ ਦਾ ਅਸੀਂ ਕਹਿੰਦੇ ਕਿ ਰੋਲ ਬੜਾ ਵੱਡਾ, ਅਤੇ ਭਾਜਪਾ ਜਿਹੜੀਆਂ ਨੇ ਉਹ ਬੜਤ ਕਿੰਨੀ ਵੱਡੀ ਲੈ ਕੇ ਗਈ ਹੈ ਉੱਥੇ, ਉਹਦਾ ਵੋਟ ਬੈਂਕ ਕਿੰਨਾ ਵਧਿਆ। ਚਲੋ ਉਹ ਦਿਨ ਰਾਤ ਦੀ ਤਪੱਸਿਆ ਭਾਜਪਾ ਦੇ ਪ੍ਰਧਾਨ ਮੰਤਰੀ ਦੀ ਤੁਸੀਂ ਕਹਿ ਲਓ, ਜਾਂ ਮੁੱਖ ਮੰਤਰੀਆਂ ਦੀ ਕਹਿ ਲਓ, ਜਾਂ ਉਹਦੇ ਵਰਕਰਸ ਦੀ ਕਹਿ ਲਓ, ਜਾਂ ਜੋ ਵੀ ਤੁਸੀਂ ਕਹਿ ਲਓ ਉਹਦੇ ਵਿੱਚ ਯੋਗਦਾਨ ਜਿੰਨੇ ਵੀ ਪਾਇਆ, ਜਿੰਨਾ ਵੀ ਪਾਇਆ ਮੀਡੀਆ ਦਾ ਵਟਐਵਰ, ਪਰ ਉਹਨਾਂ ਨੇ ਉੱਥੇ ਚੰਗਾ ਵੀ ਕੀਤਾ ਹੈ। ਹਾਂਜੀ, ਮਮਤਾ ਦਾ ਉੱਥੇ ਚਲੋ ਜੋ ਆਧਾਰ ਸੀਗਾ, ਭਾਵੇਂ ਕਿ ਆਪਣੀ ਸੀਟ ਉਹ ਹਰੀ ਹੈ ਚਾਹੇ ਨਹੀਂ ਹਰੀ, ਇਹ ਕਿਸਮਕਸ ਹੋ ਰਹੀ ਹੈ ਕੁਸਰ ਮੁਸਰ, ਪਰ ਉਹ ਚਲੋ ਉਹਦੇ ਬਾਵਜੂਦ ਵੀ ਭਾਜਪਾ ਦਾ ਚੰਗਾ ਉੱਥੇ ਗ੍ਰਾਫ ਰਿਹਾ। ਪਰ ਕਿਸਾਨ ਜਿਹੜੇ ਵੀਰ ਨੇ ਉਹ ਕ੍ਰੈਡਿਟ ਇਹ ਲੈਣਾ ਚਾਹੁੰਦੇ ਨੇ, ਕੀ ਫਰਕ ਪੈ ਗਿਆ, ਮਮਤਾ ਤਾਂ ਉਹਨੇ ਸੀਟਾਂ ਲੈ ਕੇ ਗਈ, ਭਾਜਪਾ ਤਾਂ ਫਿਰ ਉੱਥੇ ਚੰਗਾ ਕਾਰਜ ਕਰਕੇ ਗਈ, ਚਲੋ ਸਰਕਾਰ ਨਹੀਂ ਬਣਾ ਸਕੀ ਪਰ ਜਿੰਨੀਆਂ ਸੀਟਾਂ ਲੈ ਕੇ ਗਈ ਹੈ, ਇਹਦੇ ਜਵਾਬ ਵੀ ਦੇਣਗੇ ਕਿਸਾਨ ਮੋਰਚੇ ਦੇ ਵਿਅਕਤੀ ਵੀ, ਕਿਵੇਂ ਤੁਸੀਂ ਕਹਿ ਸਕਦੇ ਹੋ ਵੀ ਸਾਡੇ ਕਰਕੇ ਹਰੀ। ਆਪਣੇ ਵਿੱਚ ਨਾ ਜਦੋਂ ਆਪਾਂ ਭਾਜਪਾ ਦੀ ਕਾਰਜਕਾਰੀ ਦੇਖਦੇ ਹਾਂ ਪਿਛਲੇ ਵਾਰੀ ਵਿਧਾਨ ਸਭਾ ਵਾਲੀ, ਭਾਜਪਾ ਦੀ ਉਹ ਸੀਗਾ 3 ਸੀਟਾਂ ਦੇ ਕੋਲ, 3 ਸੀਟਾਂ ਤੋਂ 75 ਥੋੜਾ ਹੁੰਦਾ, ਉਹਦੇ ਬਾਅਦ ਫਿਰ 75-77 ਤੋਂ ਪਹੁੰਚ ਗਿਆ। ਤੇ ਜੇਕਰ ਆਪਾਂ ਦੇਖਦੇ ਲੋਕ ਸਭਾ ਦੀ ਕਾਰਵਾਈ, ਹੁਣ ਲੋਕ ਸਭਾ ਦੀ ਕਾਰਵਾਈ ਦੇਖਣੀ ਬਣ, ਜੇਕਰ ਲੋਕ ਸਭਾ ਦੀਆਂ ਸੀਟਾਂ ਜਿੱਤੀਆਂ ਜਾਂ ਉਹਨਾਂ ਦੀ ਵੋਟ ਪਰ ਫਿਰ ਆਪਾਂ ਦੇਖ ਲਈਏ ਪੱਛਮੀ ਬੰਗਾਲ ਦੇ ਵਿੱਚ, ਤਾਂ ਬੀਜੇਪੀ ਕੋਲੇ ਘੱਟ ਤੋਂ ਘੱਟ 203 ਸੀਟਾਂ ਜੋ ਹੁਣ ਜਿਹੜੇ ਸੀਗੇ ਹੁਣ 2-3-77 ਦੀ ਥਾਂ ਤੇ, ਜੇਕਰ ਲੋਕ ਸਭਾ ਦੇਖਦੇ ਹਾਂ ਕਾਰਵਾਈ ਤਾਂ, ਪਰ ਉਹ ਦੇਖਣਾ ਪੂਰਾ ਲਾ ਰਿਹਾ ਜੇਕਰ ਉਹਨੂੰ ਦੇਖਦੇ ਆਪਾਂ ਲੋਕ ਸਭਾ, ਲੋਕ ਸਭਾ ਤੋਂ ਭਾਜਪਾ ਡਿੱਗੀ ਆ ਹੇਠਾਂ, ਲੋਕ ਸਭਾ ਚ ਬਹੁਤ ਵੱਡਾ ਗ੍ਰਾਫ ਹੋ ਗਿਆ ਸੀ ਭਾਜਪਾ ਦਾ, ਪਰ ਹੁਣ ਵਿਧਾਨ ਸਭਾ ਦੇ ਵਿੱਚ ਲੋਕ ਸਭਾ ਅਨੁਸਾਰ ਡਿੱਗੀ ਆ ਹੇਠਾਂ ਆ ਗਿਆ ਭਾਜਪਾ। ਇਹ ਤਾਂ ਗੱਲ ਦੂਜੇ ਕਿਸਾਨ ਬੋਰਡ ਤੇ ਤਾਂ ਦੇਖੋ ਹਰ ਇੱਕ ਜਿਹੜਾ ਸੰਘਰਸ਼ ਚੱਲ ਰਿਹਾ ਹੁੰਦਾ, ਸੰਘਰਸ਼ ਕਰਨ ਵਾਲਿਆਂ ਦਾ ਇੱਕ ਤਰੀਕਾ ਹੁੰਦਾ ਸੰਘਰਸ਼ ਕਰਨ ਦੇ ਵਿੱਚ, ਤੁਸੀਂ ਵੀ ਜਾਣਦੇ ਸਾਰੇ ਜਾਣਦੇ ਆਪਣੇ ਵੀ ਉਹਨਾਂ ਨੇ ਕਿਹੜੇ ਗੱਲ ਨੂੰ ਆਪਣੇ ਪੱਖ ਚ ਵਧਾਉਣਾ, ਕਿਹੜੀ ਗੱਲ ਨੂੰ ਆਪਣੇ ਵਿਰੋਧੀ ਨੂੰ ਹੇਠਾਂ ਗੇਰਨਾ, ਇੱਕ ਤਰੀਕਾ ਦਾ ਸੰਘਰਸ਼ ਕਰਨਾ ਹੁੰਦਾ, ਉਹ ਤਰੀਕਾ ਕਿਸਾਨ ਆਗੂ ਵਰਤ ਰਹੇ ਆ ਤੇ ਇਹਨੂੰ ਵਰਤਣ ਦੇ ਚੱਲ। ਮੇਰੇ ਨਾਲ ਕਾਲਰ ਨੇ, ਭਾਰਤ ਵਿੱਚ 0.3-0.68 ਲੱਖ ਭਾਵ ਆਲਮੋਸਟ ਤੁਸੀਂ 4.25 ਲੱਖ ਕਹਿ ਸਕਦੇ ਹੋ ਕੇਸ ਆਏ ਨੇ, 3417 ਮੌਤਾਂ ਹੋਣ ਦੀ ਖਬਰ ਹੈ। ਮੌਤਾਂ ਚਲੋ ਇਹ ਕਰੋਨਾ ਕਰਕੇ ਵੀ ਹੋ ਸਕਦੀਆਂ, ਕੁਝ ਮੌਤਾਂ ਇਹਨਾਂ ਦੇ ਵਿੱਚ ਜਿਹੜੀਆਂ ਨੇ ਕੁਝ ਹੋਰ ਕਾਰਨਾਂ ਕਰਕੇ ਵੀ ਕਈਆਂ ਜਾ ਸਕਦੀਆਂ ਨੇ, ਪਰ ਹੈਰਾਨਗੀ ਇਹ ਹੁੰਦੀ ਹੈ ਕਿ ਮੇਰਾ ਇੱਕ ਮਿੱਤਰ ਹੈ, ਚੱਲ ਮੈਂ ਲਿਆਵਾਂਗਾ ਵੀ ਉਹਨੂੰ, ਸਰਕਾਰੀ ਹੋਸਪਿਟਲ 'ਚੋਂ ਉਹ ਟੈਸਟ ਕਰਾਉਂਦਾ ਹੈ ਤਾਂ ਉਹਦਾ ਆਉਂਦਾ ਪੋਜ਼ਿਟਿਵ, ਉਹਦੀ ਫਲਾਈਟ ਹੈ, ਉਹ ਸੇਮ ਡੇ ਭੱਜ ਕੇ ਜਾ ਕੇ ਦੂਜੀ ਕੋਈ ਜਿਹੜੀ ਲਿਸਟ ਹੈ ਉਹਨਾਂ ਕੋਲ ਕਰਾ ਕੇ ਆਉਂਦਾ ਅਤੇ ਉਹਦਾ ਆਉਂਦਾ ਨੈਗੇਟਿਵ। ਚਲੋ ਇੱਥੇ ਤਾਂ ਬਰਾਬਰ ਹੋ ਗਿਆ, ਪਰ ਉਹ ਜਦੋਂ ਉੱਥੋਂ ਫਲਾਈ ਕਰਕੇ ਅਤੇ ਕੈਨੇਡਾ ਪਹੁੰਚਦਾ ਤਾਂ ਕੈਨੇਡਾ ਦੇ ਵਿੱਚ ਫਿਰ ਨੈਗੇਟਿਵ ਆਉਂਦਾ। ਹੁਣ ਖਾਤੇ ਵਧਾਉਂਦੀਆਂ ਵੀ ਤਾਂ ਖਬਰਾਂ ਆ ਰਹੀਆਂ ਨੇ ਨਾ ਜੀ, ਇਕੱਲੀ ਸਰਕਾਰ ਨੂੰ ਅਸੀਂ ਨਿੰਦੀ ਚੱਲੀਏ ਉਹ ਵੀ ਨਹੀਂ ਹੈ, ਸਾਡੇ ਲੋਕ ਤਾਂ ਹੇਠੋਂ ਤੋਂ ਲੈ ਕੇ ਉੱਤੋਂ ਤੱਕ ਜਿਹੜੇ ਨੇ ਉਹ ਗੜੁੱਚ ਹੋਏ ਪਏ ਨੇ ਵੀ ਅਸੀਂ ਕਿਸੇ ਤਰੀਕੇ ਨਾਲ ਆਪਣੇ ਪੈਸੇ ਠੇਕ ਲਈਏ, ਪੈਸੇ ਬਣਾ ਲਈਏ, ਫਿਰ ਬਾਡੀ ਨੂੰ ਐਵੇਂ ਪੈਕ ਕਰਕੇ ਦਿੱਤਾ ਜਾਂਦਾ ਹੈ ਕਿ ਤੁਸੀਂ ਉਹਨੂੰ ਖੋਲ੍ਹਣਾ ਹੀ ਨਹੀਂ ਹੈ। ਉਹਦੇ ਵਿੱਚ ਸਾਰੇ ਪਾਰਟੀ ਡਾਕਟਰ ਦੀ, ਇੱਕ ਦਿਨ ਇੰਟਰਵਿਊ ਹੈਰਾਨ ਕਰਨ ਵਾਲੀ, ਮੈਂ ਕਈ ਵਾਰੀ ਬੋਲ ਚੁੱਕਾ ਕਿ ਪਤਾ ਨਹੀਂ ਕਿਹੜੀ ਫੈਕਟਰੀ ਲੱਗ ਗਈ ਕਿ ਸਾਡੇ ਕੋਲ ਪਾਰਟ ਹੀ ਇੰਨੇ ਮਰਦਾਂ ਦੇ ਆ ਗਏ, ਜਨਾਨੀਆਂ ਦੇ ਆ ਗਏ, ਔਰਤਾਂ ਦੇ ਆ ਗਏ, ਬੱਚਿਆਂ ਦੇ ਆ ਗਏ, ਕਿ ਸਾਡੇ ਕੋਲ ਜਿਹੜਾ ਮਰਜ਼ੀ ਲੈ ਲਓ ਪਾਰਟ, ਅੱਖਾਂ ਲੈ ਲਓ, ਕਿਡਨੀ ਲੈ ਲਓ, ਤੁਸੀਂ ਲਿਵਰ ਲੈ ਲਓ, ਜੋ ਵੀ ਤੁਹਾਨੂੰ ਚਾਹੀਦਾ ਲੈ ਲਓ ਅੱਜ ਕੱਲ੍ਹ।
ਹਰ ਏਜ ਦਾ ਹਰ ਜਗ੍ਹਾ ਦਾ ਤੇ ਹਰ ਗਰੁੱਪ ਦਾ ਮਿਲਦਾ ਪਿਆ ਕੀ ਕਾਰਨ ਹੈ ਵੇਖਣ ਵਾਲੀ ਤੇ ਗੱਲ ਇਹ ਵੀ ਹੈ ਨਾ ਕਿ ਚੋਰ ਬਜ਼ਾਰੀ ਇਹ ਵੀ ਹੈ ਚਲੋ ਸਰਕਾਰ ਨੂੰ ਵੇਖਿਆ ਚ ਇੱਧਰਲੇ ਪਾਸੇ ਸੂਬਾ ਸਰਕਾਰਾਂ ਨੂੰ ਸੈਂਟਰ ਸਰਕਾਰ ਨੂੰ ਇੱਧਰਲੇ ਪਾਸੇ ਸਖਤੀ ਕਰਨ ਦੀ ਲੋੜ ਹੈ ਸਖਤੀ ਦੇ ਨਾਲ ਇਹ ਚੀਜ਼ਾਂ ਰੋਕਣ ਦੀ ਲੋੜ ਹੈ ਜੋ ਚੋਰ ਬਜ਼ਾਰੀ ਜਿਹੜੀ ਹੈ ਇਹ ਇਹਨੂੰ ਵੀ ਠੱਲ ਪਾਉਣ ਦੀ ਲੋੜ ਹੈ ਲਾਕਡਾਊਨ ਲੱਗ ਸਕਦਾ ਪੰਜਾਬ ਦੇ ਵਿੱਚ ਪੱਤਰਕਾਰਾਂ ਨੂੰ ਫਰੰਟ ਲਾਈਨ ਯੋਧੇ ਲਾਉਣੇ ਆ ਸਾਡੇ ਵਰਗੇ ਜਿਹੜੇ ਆਫਿਸ 'ਚ ਬੈਠੇ ਲੜਕਾਰੇ ਮਾਰਦੇ ਨੇ ਜਾਂ ਜਿਹੜੇ ਫੀਲਡ ਦੇ ਵਿੱਚ ਜਾ ਕੇ ਪੱਤਰਕਾਰੀ ਕਰਦੇ ਨੇ ਉਹਨਾਂ ਨੂੰ ਹਾਂਜੀ ਕੀ ਕਹਿਣਾ ਚਾਹੁੰਦਾ ਅਤੇ ਇਹ ਪੀਲੇ ਕਾਰਡ ਵਾਲੇ ਸਾਰੇ ਹੀ ਪੱਤਰਕਾਰਾਂ ਨੂੰ ਜਿਹੜਾ ਫਰੰਟ ਲਾਈਨ ਯੋਧੇ ਲਾ ਰਿਹਾ ਭਾਵੇਂ ਉਹ ਡੈਸਕ ਤੇ ਬੈਠਾ ਭਾਵੇਂ ਉਹ ਫੀਲਡ ਚ ਬੈਠਾ ਪੀਲਾ ਕਾਰਡ ਹੋਣਾ ਚਾਹੀਦਾ ਬਸ ਇਹ ਇੱਕੋ ਸ਼ਰਤ ਹੈ ਇੱਕ ਦੋ ਤਰ੍ਹਾਂ ਦੇ ਪੱਤਰਕਾਰ ਨੇ ਪੰਜਾਬ ਦੇ ਵਿੱਚ ਇੱਕ ਹੈਗਾ ਰਜਿਸਟਰਡ ਪੱਤਰਕਾਰ ਇੱਕ ਹੈ ਪੀਲੇ ਕਾਰਡ ਦੇ ਪੱਤਰਕਾਰ ਉਹ ਵੀ ਰਜਿਸਟਰਡ ਨੇ ਦੋਵੇਂ ਤਰ੍ਹਾਂ ਦੇ ਪੱਤਰਕਾਰਾਂ ਨੂੰ ਉਹਨਾਂ ਨੇ ਇਹ ਫਰੰਟ ਲਾਈਨ ਦਿੰਦੇ ਉਹ ਹੁਣ ਕਿਸੇ ਵੀ ਕੋਈ ਵੀ ਤਰੀਕਾ ਕੋਰੋਨਾ ਸੰਬੰਧ ਵਿੱਚ ਮੂਹਰੇ ਹੋ ਕਹਿੰਦੇ ਸਰਕਾਰ ਹਰ ਸਹੂਲਤ ਦੇਗੀ ਜੋ ਸਹੂਲਤ ਜਿਹੜੇ ਆਮ ਯੋਧਿਆਂ ਨੂੰ ਮਿਲਦੀ ਹੈ ਪੱਤਰਕਾਰਾਂ ਨੂੰ ਇੱਕ ਜਿਹੜੇ ਬਿਜਲੀ ਪਾਵਰ ਕੌਮ ਵਾਲੇ ਜਿਹੜੇ ਕਿ ਆਮ ਤੌਰ ਤੇ ਫੀਲਡ ਵਿੱਚ ਬਿਜਲੀ ਸੰਭਾਲ ਕਰਦੇ ਆ ਉਹਨਾਂ ਨੂੰ ਵੀ ਇਹ ਫਰੰਟ ਲਾਈਨ ਦਿੰਦੇ ਇਹਨਾਂ ਨੂੰ ਪਾਵਰ ਕੌਮ ਵਾਲਿਆਂ ਨੂੰ ਤੇ ਦੋ ਤਰ੍ਹਾਂ ਦੇ ਖੈਰ ਪੱਤਰਕਾਰ ਤਾਂ ਪੱਤਰਕਾਰਾਂ ਦੇ ਬਾਰੇ ਤਾਂ ਸਰਕਾਰ ਪਹਿਲਾਂ ਵੀ ਪੰਜਾਬ ਸਰਕਾਰ ਪਹਿਲਾਂ ਵੀ ਖੈਰ ਨਰਮੀ ਹੈ ਜਿਵੇਂ ਕਿ ਪਹਿਲਾਂ ਨੂੰ ਸੁਖਬੀਰ ਬਾਦਲ ਉਹਨਾਂ ਦੇ ਵੇਲੇ ਹੁੰਦਾ ਸੀ ਪੱਤਰਕਾਰਾਂ ਨੂੰ ਧਮਕੇ ਮਿਲਦੀਆਂ ਸੀਗੀਆਂ ਉਹ ਖੈਰ ਪੰਜਾਬ ਦੀ ਕਾਂਗਰਸ ਸਰਕਾਰ ਵੇਲੇ ਇੱਦਾਂ ਘੱਟ ਹੋਇਆ ਹੋਇਆ ਤਾਂ ਹੈਗਾ ਹੁਣ ਵੀ ਕੋਈ ਗੱਲ ਨੀ ਏਦਾਂ ਨੀ ਪ੍ਰਵਿੰਦਰ ਕਮਾਣਾ ਵਰਗਿਆਂ ਤੇ ਕੇਸ ਦਰਜ ਵੀ ਕਰਨ ਦੀ ਗੱਲ ਕੀਤੀ ਗਈ ਆ ਹੋਇਆ ਹੈਗਾ ਪਰ ਉਹ ਪਹਿਲਾਂ ਵਾਂਗੂ ਨੀ ਹੋਇਆ ਹੈਗਾ ਤੇ ਠੀਕ ਹੈ ਚਾਵਲਾ ਸਾਹਿਬ ਵਧੀਆ ਪੰਜਾਬ ਸਰਕਾਰ ਨੇ ਕੀਤਾ ਇੱਕ ਨਾ ਗੱਲ ਅਜਮੇਰ ਔਲਖ ਹੈਗੀ ਅਸੀਂ ਤੁਸੀਂ ਜਾਣ ਸਭਾ ਜਾਣ ਸਾਹਿਬ ਜਾਣਦੇ ਆਪਾਂ ਅਜਮੇਰ ਔਲਖ ਹੁਣ ਹੀ ਚਲੇ ਗਏ ਦੁਨੀਆਂ ਚ ਉਹਨਾਂ ਦੀ ਤਰਜ ਪਤਨੀ ਹੈਗੀ 82 ਸਾਲ ਦੀ 82 ਸਾਲ ਦੀ ਉਹਦੇ ਇੰਗਲੈਂਡ ਦਾ ਵੀਜ਼ਾ ਲੱਗਿਆ ਸੀਗਾ ਜਾਣਾ ਸੀ ਇੰਗਲੈਂਡ ਦਾ ਉਹਨੇ ਕਿਹਾ ਜੀ ਕੋਰੋਨਾ ਪੋਜ਼ਿਟਿਵ ਕਰਾਂਗੇ ਆਪਾਂ ਟੈਸਟ ਕਰਾ ਲਈਏ ਲੱਖਾਂ ਨੇ ਨਹੀਂ ਹੈਗੇ ਆ ਪੰਜਾਬੀ ਯੂਨੀਵਰਸਿਟੀ ਚੰਗੇ ਫਿਲਮ ਐਕਟਰ ਹੈਗੇ ਆ ਉਹ ਲੱਖਾਂ ਨੇ ਕੋਲ ਆ ਗਏ ਉਹ ਕਿਉਂਕਿ ਉਹਨਾਂ ਦੇ ਉਸਤਾਦ ਬੰਦੇ ਆ ਉਹ ਲੱਖਾਂ ਲੈ ਉਹਨਾਂ ਨੂੰ ਉਹ ਕਹਿੰਦੇ ਜੀ ਆਪਾਂ ਇੱਥੇ ਕਰੋਨਾ ਪੋਜ਼ਿਟਿਵ ਕਰਾ ਲਈਏ ਸੋਰੀ ਟੈਸਟ ਕਰਾ ਲਈਏ ਤੇ ਜਦੋਂ ਉਹ ਟੈਸਟ ਕਰਾਇਆ ਤੇ ਕਰੋਨਾ ਪੋਜ਼ਿਟਿਵ ਆ ਗਿਆ ਉਹ ਕਹਿੰਦੇ ਵੀ ਕੰਮ ਖਰਾਬ ਹੋ ਗਿਆ ਵੀਜ਼ਾ ਹੁਣ ਸਾਰਾ ਕੁਝ ਸਿਸਟਮ ਰੱਦ ਹੋ ਗਿਆ ਤੇ ਉਹ ਕਹਿੰਦੇ ਜਿਹੜਾ ਇੱਕ ਸਹਿਰਾਬ ਹੈਗਾ ਉਹਦਾ ਲੱਖਾਂ ਲੇਟ ਦਾ ਮੁੰਡਾ ਕਈ ਫਿਲਮਾਂ ਚ ਆਇਆ ਉਹ ਤੇ ਉਹ ਉਹਨੂੰ ਜੱਫੀ ਪਾ ਕੇ ਘੁੰਮਦਾ ਰਹੇ ਬੇਬੇ ਨਾਲ ਉਹ ਬੇਬੇ ਕਹਿੰਦੀ ਕਿ ਪੁੱਤ ਤੂੰ ਪਰਾ ਰਹੇ ਮੈਨੂੰ ਕਰੋਨਾ ਹੋਇਆ ਆ ਉਹ ਕਹਿੰਦਾ ਕੋਈ ਗੱਲ ਨੀ ਬੇਬੇ ਕਰੋਨਾ ਕਰਨਾ ਕੋਈ ਨੀ ਪਰ ਜਾਣਾ ਕਿਤੇ ਨੀ ਤੂੰ 10 ਦਿਨ 10 ਦਿਨ ਉੱਥੇ ਰਹੀ ਉਹ ਨਾਲੇ ਹਾਸੇ ਖੇਡਦੇ ਰਹੇ ਤੇ 10-12 ਦਿਨ ਬਾਅਦ ਉਹ ਆਪਣੇ ਚਲੋ ਗਈ ਅੱਗੇ ਪਰ ਇੰਗਲੈਂਡ ਨੀ ਜਾ ਸਕੀ ਉਹ ਹੋਇਆ ਕੀ ਵੀ ਉਸ ਪਰਿਵਾਰ ਨੂੰ ਕੋਈ ਪੋਜ਼ਿਟਿਵ ਕਰੋਨਾ ਹੋਇਆ ਉਹ ਟੈਸਟ ਕਰਾਇਆ ਉਹਨੇ ਉਸ ਪਰਿਵਾਰ ਨੂੰ ਜਾਂ ਉਹ 82 ਸਾਲ ਦੀ ਬੀਬੀ ਨੂੰ ਅਜਮੇਰ ਔਲਖ ਦੀ ਘਰ ਵਾਲੀ ਨੂੰ ਕੋਈ ਪ੍ਰੋਬਲਮ ਸਰੀਰ ਚ ਹੋਈ ਹੈ ਨੀ ਪਰ ਮੈਂ ਉਹਨੂੰ ਕਿਹਾ ਲੱਖੇ ਨੂੰ ਮਹਾਂ ਯਾਰ ਉਹ ਮਾਤਾ ਦਾ ਕਿਤੇ ਹੋਰ ਟੈਸਟ ਕਰਾ ਲੈਂਦਾ ਕਹਿੰਦਾ ਕਰਾ ਨੀ ਸਕਦੇ ਕਿਉਂਕਿ ਪਾਸਪੋਰਟ ਤੇ ਲਿਖਤਾ ਉਹਨਾਂ ਨੇ ਜਿਵੇਂ ਪੋਜ਼ਿਟਿਵ ਹੈ ਆਪਾਂ ਕਰਵਾ ਨੀ ਸਕਦੇ ਗੱਲ ਹੈ ਸੋ ਇੰਝ ਲੱਗਿਆ ਕਿ ਜਿਵੇਂ ਤੁਸੀਂ ਕਿਹਾ ਵੀ ਗਿਣਤੀ ਵੱਧ ਰਹੀ ਹੈ ਕਰੋਨਾ ਦੇ ਮਰੀਜ਼ਾਂ ਦੀ ਇਹ ਵਧਾਈ ਵੀ ਜਾ ਰਹੀ ਹੈ ਬਿਲਕੁਲ ਬਿਲਕੁਲ ਵਧਾਈ ਜਾ ਰਹੀ ਹੈ ਜੀ ਇਹ ਕਈਆਂ ਥਾਵਾਂ ਤੇ ਬਿਲਕੁਲ ਹੁਣ ਤੁਸੀਂ ਹੈਰਾਨ ਰਹਿ ਜਾਓਗੇ ਚਲੋ ਇਹ ਦੇਸ਼ ਪ੍ਰਤੀ ਹੁਣ ਹੀ ਗੱਲ ਆਈ ਹੈ ਨਾ ਸੁਪਰੀਮ ਕੋਰਟ ਨੇ ਕਿਹਾ ਕਿ ਨਾ ਉਹ ਪੱਤਰਕਾਰਾਂ ਨੂੰ ਰੋਕ ਸਕਦੇ ਅਤੇ ਨਾ ਹੀ ਹਾਈ ਕੋਰਟ ਦਾ ਮਨੋਬਲ ਤੋੜ ਸਕਦੇ ਨੇ ਸੱਚੀ ਖਬਰ ਜਿਹੜੀ ਹੈ ਪੱਤਰਕਾਰ ਲਾਉਂਦਾ ਹੈ ਕੋਈ ਵੀ ਪੱਤਰਕਾਰ ਸੱਚੀ ਖਬਰ ਲਾਉਂਦਾ ਹੈ ਉਸ ਨੂੰ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਦੇਸ਼ ਵਿਰੋਧੀ ਹੈ ਮੈਂ ਸਮਝਦਾ ਕਿ ਜਿਵੇਂ ਹੁਣ ਤੁਸੀਂ ਕਿਹਾ ਕਿ ਫਰੰਟ ਲਾਈਨਰ ਕਿਹਾ ਅਸਲੀ ਪੱਤਰਕਾਰ ਜੇਕਰ ਫੀਲਡ ਵਿੱਚ ਜਾ ਕੇ ਇਹੋ ਜਿਹੀ ਖਬਰ ਲਿਆਉਂਦਾ ਹੁਣ ਤੁਸੀਂ ਖਬਰ ਸੁਣਾ ਕੇ ਹਟੇ ਹੋ ਅਕੀਦਾ ਸਾਹਿਬ ਕੀ ਇਹ ਦੇਸ਼ ਦੇ ਹਿੱਤ ਵਿੱਚ ਮਤਲਬ ਦੇਸ਼ ਦਾ ਇਹ ਮਤਲਬ ਬਦਨਾਮੀ ਕਰਨ ਵਾਲੀ ਖਬਰ ਹੋਊਗੀ ਕਿ ਤੁਸੀਂ ਹੁਣੇ ਦੱਸ ਕੇ ਹਟੇ ਹੋ ਕਿ ਕੀਰਤਪੁਰ ਸਾਹਿਬ ਜਿੱਥੇ ਮਤਲਬ ਆਪਾਂ ਫੁੱਲ ਪਾਉਣ ਜਾਣਾ ਕਦੀ ਕਦਾਈ ਤੁਸੀਂ ਜਾਣੇ ਹੋ ਉੱਥੇ 10-20-50 ਬੰਦੇ ਜਾਂਦੇ ਹੋਣਗੇ ਪੂਰੇ ਪੰਜਾਬ ਤੋਂ ਬਾਕੀ ਕੋਈ ਚਲੇ ਜਾਂਦਾ ਵਾ ਆਪਣੇ ਇੱਧਰ ਹਾਂਜੀ ਕੋਈ ਗੋਂਦਵਾਲ ਸਾਹਿਬ ਆ ਜਾਂਦਾ ਵੱਖ ਵੱਖ ਘਾਟ ਹੋਰ ਬਣੇ ਨੇ ਕੋਈ ਆਪਣੇ ਜਿਹੜੇ ਜਿੱਥੇ ਪਹਿਲਾਂ ਜਾਂਦੇ ਹੁੰਦੇ ਸੀ ਮੈਨੂੰ ਨਾ ਭੁੱਲ ਗਿਆ ਗੰਗਾ ਪਾਉਣ ਵਾਸਤੇ ਹਰਿਦੁਆਰ ਸਾਹਿਬ ਹਰਿਦੁਆਰ ਚਲੇ ਜਾਂਦੇ ਨੇ ਵੱਡੀ ਤਾਦਾਦ ਦੇ ਵਿੱਚ ਲੋਕ ਹਰਿਦੁਆਰ ਜਾਂਦੇ ਨੇ ਕੋਈ ਗੁਰਦੁਆਰਾ ਸਾਹਿਬ ਜਾਂਦੇ ਕੋਈ ਕੀਰਤਪੁਰ ਸਾਹਿਬ ਆਉਂਦੇ ਕੋਈ ਸ੍ਰੀ ਗੋਇੰਦਵਾਲ ਸਾਹਿਬ ਬਣਿਆ ਹੋਇਆ ਘਾਟ ਉੱਥੇ ਜਾਂਦੇ ਨੇ 10-20-50 ਬੰਦੇ ਹੁੰਦੇ ਚਲੋ ਮੰਨ ਲਓ ਤੁਸੀਂ ਇੰਨੇ ਬੰਦੇ ਜਾਣੇ ਇੰਨੀ ਦੁਨੀਆਂ ਦੇ ਚੋਂ ਪਰ ਆਹ ਲੰਬੀਆਂ ਸੈਂਕੜੇ ਲਾਈਨਾਂ ਦੀ ਜੇ ਕੋਈ ਖਬਰ ਦੇਵੇ ਕਿ ਆਹ ਹਾਲਤ ਨੇ ਤੇ ਕੀ ਅਸੀਂ ਉਹਨੂੰ ਕਵਾਂਗੇ ਕਿ ਇਹ ਦੇਸ਼ ਦੇ ਹਿੱਤ ਦੇ ਵਿੱਚ ਮਾੜੀ ਖਬਰ ਹੈ ਮੁਰਦੇ ਲਾਈਨਾਂ ਲਾ ਕੇ ਪਏ ਹੋਏ ਨੇ ਵਾਰੀ ਦੀ ਉਡੀਕ ਦੇ ਵਿੱਚ ਨੇ ਕਿ ਉਹ ਲੋਕਾਂ ਨੂੰ ਸੁਚੇਤ ਕਰਨ ਵਾਲੀ ਦੂਜਾ ਪਾਸਾ ਨਹੀਂ ਮੰਨਿਆ ਜਾ ਸਕਦਾ ਵੀ ਵੇਖੋ ਵੀ ਆਹ ਇਸ ਤਰ੍ਹਾਂ ਲੋਕਾਂ ਦੀ ਮੌਤ ਹੋ ਰਹੀ ਹੈ
ਤੇ ਸਾਨੂੰ ਸਾਵਧਾਨ ਹੋਣਾ ਚਾਹੀਦਾ ਕੋਰੋਨਾ ਤੋਂ। ਕੋਰੋਨਾ ਹੈ, ਬਚ ਕੇ ਰਹਿਣਾ। ਇਸ ਖਬਰ ਜਿਹੜੀ ਦੂਜੇ ਪਾਸੇ ਨੂੰ ਤੁਸੀਂ ਮੋੜ ਕੇ ਵੇਖ ਲਓ, ਅੱਧਾ ਗਲਾਸ ਭਰਿਆ ਅੱਧਾ ਖਾਲੀ ਨੂੰ ਇੱਦਾਂ ਕਰ ਲਓ ਵੀ ਭਾਈ ਇਹ ਇੱਦਾਂ ਮਰੇ ਪਏ ਨੇ, ਇਹਨਾਂ ਦੇ ਵਿੱਚ ਅਸੀਂ ਵੀ ਪੈ ਸਕਦੇ ਹਾਂ, ਆਓ ਬਚਾ ਕਰੀਏ, ਆਓ ਸੁਚੇਤ ਹੋਈਏ। ਉਸ ਖਬਰ ਨੂੰ ਇੱਦਾਂ ਕਿਉਂ ਨਹੀਂ ਲਿਆ ਜਾਂਦਾ, ਉਸ ਖਬਰ ਨੂੰ ਇੱਦਾਂ ਕਿਉਂ ਕਿਹਾ ਜਾਂਦਾ ਕਿ ਜੀ ਵੇਖੋ ਜੇ ਅੱਜ ਕਰੋਨਾ ਦੀ ਖਬਰ ਇੱਥੇ ਅਸੀਂ ਲਾਵਾਂਗੇ, ਮੰਨ ਲਓ ਕੋਈ ਖਬਰ ਹੈਗੀ ਆ ਅਸੀਂ ਲਾਵਾਂਗੇ, ਅਤੇ ਉਸ ਨੂੰ ਗਲਤ ਨਾ ਲਿਆ ਜਾਵੇ, ਉਸ ਨੂੰ ਇਸ ਤਰੀਕੇ ਨਾਲ ਲਿਆਵੇ ਸਾਨੂੰ ਸੁਚੇਤ ਕੀਤਾ ਜਾ ਰਿਹਾ, ਤਾਂ ਫਿਰ ਤਾਂ ਅਸੀਂ ਸੁਚੇਤ ਹੋ ਜਾਵਾਂਗੇ। ਅਤੇ ਜੇ ਅਸੀਂ ਕਹਾਂਗੇ ਕਿ ਨਹੀਂ ਇਹ ਖਬਰ ਲੱਗੀ ਕਿਉਂ ਇਹ ਦੇਸ਼ ਦੇ ਹਿੱਤ ਵਿੱਚ ਨਹੀਂ, ਇਹ ਤਾਂ ਫਿਰ ਇਹ ਆ ਬੈਲ ਮੁਝੇ ਮਾਰ, ਫਿਰ ਕਹਿਣਾ ਹਾਥੀ ਦੇ ਦੰਦ ਖਾਣ ਨੂੰ ਕੁਝ ਹੋਰ, ਦਿਖਾਉਣ ਨੂੰ ਕੁਝ ਹੋਰ, ਦੁਨੀਆਂ ਨੂੰ ਇੱਕ ਪਾਸੇ ਨਹੀਂ ਦੋ ਪਾਸੇ ਦਿੰਦੇ ਨੇ, ਦਾਤੀ ਨੂੰ ਇੱਕ ਪਾਸੇ ਦਿੰਦੇ ਨੇ, ਮੀਡੀਆ 'ਤੇ ਬਸ ਗਰਕਿਆ ਪੂਰਾ ਵਿਸ਼ਵ ਦਾ, ਮੀਡੀਆ ਨੂੰ ਗਾਲ ਐਡੀ ਲੱਪ ਭਰਦੀ ਕੱਢਣੀ ਕਿ ਸਹੀ ਖਬਰਾਂ ਨਹੀਂ ਦਿੰਦਾ, ਸਹੀ ਖਬਰ ਦੇਣ ਵਾਲੇ ਨੂੰ ਕਹਿਣਾ ਖਬਰ ਨਹੀਂ ਸਹੀ ਦਿੰਦਾ, ਇਹ ਬਦਨਾਮ ਕਰ ਰਿਹਾ। ਮਤਲਬ ਹੁਣ ਦੁਨੀਆਂ ਹੀ ਇੰਨੀ ਚਾਤਰ ਹੋ ਗਈ ਹੈ, ਸਮਾਰਟ ਹੋ ਗਈ ਹੈ, ਇੰਨੀ ਮਤਲਬ ਪ੍ਰਸਤ ਹੋ ਗਈ ਹੈ ਕਿ ਜਿਹੜੀ ਸਹੀ ਖਬਰ ਆ ਉਹ ਉਹਨਾਂ ਦੇ ਮੁਤਾਬਕ ਠੀਕ ਨਹੀਂ ਗੀ, ਜਿਹੜੀ ਉਹਨਾਂ ਦੇ ਮੁਤਾਬਕ ਠੀਕ ਆ ਉਹ ਠੀਕ ਆ, ਆਹ ਹਾਲਾਤ ਬਣੇ ਨੇ। ਹੁਣ ਸੁਪਰੀਮ ਕੋਰਟ ਦਾ ਵੀ ਆ ਗਿਆ ਕਿ ਉਹ ਪੱਤਰਕਾਰਾਂ ਨੂੰ ਰੋਕ ਨਹੀਂ ਸਕਦੇ ਸਹੀ ਖਬਰ ਤੋਂ, ਪੱਤਰਕਾਰ ਦਾ ਹੱਕ ਧਰਮ ਆ ਸਹੀ ਖਬਰ ਦੇਣਾ, ਪਰ ਜਿਹੜਾ ਧਰਮ ਨਹੀਂ ਸਹੀ ਨਿਭਾ ਰਿਹਾ ਉਹਦੇ 'ਤੇ ਐਕਸ਼ਨ ਲੈਣਾ ਵੀ ਸਰਕਾਰ ਦਾ ਫਰਜ਼ ਹੈ। ਤੁਹਾਡਾ ਬਹੁਤ ਬਹੁਤ ਧੰਨਵਾਦ, ਥੈਂਕ ਯੂ ਵੈਰੀ ਮੱਚ, ਕੱਲ੍ਹ ਮਿਲਦੇ ਹਾਂ, ਸਤਿ ਸ਼੍ਰੀ ਅਕਾਲ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ।